जस्ट भी देख रहे हो तुसी, मैं के पी सिंह टू द पॉइंट में तुहाडा सब का स्वागत करता। राष्ट्रपति तक नूं चिट्ठी लिख दित्ती गई है किसानों वालों कि जिहड़ा जबर हो रहा है उस जबर दे विचाले जिहड़े किसानों नूं जेलां च बंद किया गया बिना शर्तों रिहाई की जाए, इस सब दे विचाले दिल्ली हाई कोर्ट के दिल्ली पुलिस ने दसिया कि 26 जनवरी नूं की कुछ होया सीगा। दिशा वाला केस ते जिहड़ी जज सभा ने टिप्पणी की है, नौदीप नूं हजे राहत नहीं मिल रही, ये सारे सवालों के विचाले जबर विरोधी दिवस मनाया गया, पर खेती कानूनों की गल इस वेले कित्थे कीती जा रही है, कित्थों तक हो रही है, सारा मुद्दा 26 जनवरी तो बाद जबर दे आले दुआले घूमता होया दिखाई दे रहा है। सरकारी मशीनरी के खिलाफ, पुलिस तंत्र के खिलाफ ये सारे सवाल खड़े किए जा रहे हैं। जांच एजेंसियों के रौले में कितने खेती कानूनों का मुद्दा भुलता नहीं गए, ये सारे सवाल हो पर इस सवाल के विचाले वड्डा सवाल होगा जबर विचाले किसान संघर्ष कित्थे खड़ा। देश के खेतीबाड़ी मंत्री फिर बोले है, इस तो अलावा किसान आगू की कह रहे हैं, किसान हमायती की कह रहे हैं, पहला सुन लिया। प्रधानमंत्री नरेंद्र मोदी जी के नेतृत्व में किसानों की आमदनी दोगुनी करने, कृषि को समृद्ध बनाने के लिए प्राणपण से जुटी हुई है। सर एक क्वेश्चन इससे रिलेटेड कि बातचीत के लिए दोबारा से क्या किसानों से कोई भारत सरकार की तरफ से नहीं। भारत सरकार किसानों से पूरी संवेदना के साथ चर्चा करती रही है, आज भी जब उनका कोई मत आएगा तो भारत सरकार हमेशा किसानों के साथ चर्चा करने को तैयार। जो साडा घोल चल रहा है खेती बिलों के संबंध च, उहदे ते जिस किस्म की जबर की मार हो रही है, साडे नौजवान 26 दिसंबर नूं जिहड़े गलती नाल उस पासे चले गए सी उहनां नूं फड़ के अंदर कीता, जां जिहड़े रस्ता भुल गए उहनां नूं भी, जे उहनां ने पुलिस तों रस्ता पुछिया तां उहनां नूं फड़ के अंदर कर दित्ता गया। इसे तरह ही होर भी साडे इत्थे ट्रैक्टर ने ਇਹ ਗਏ ਨੇ ਤਾਂ ਇਹਨਾਂ ਨੂੰ ਨੋਟਿਸ ਕੱਢੇ ਜਾ ਰਹੇ ਨੇ। ਉਹ ਟਰੈਕਟਰ ਵੀ ਜਿਹੜੇ ਉੱਥੇ ਨਹੀਂ ਗਏ ਲਾਲ ਕਿਲੇ ਤੇ, ਕਿਉਂਕਿ ਉਹਨਾਂ ਕੋਲ ਵੀਡੀਓ ਹੈਗੀਆਂ ਨੇ, ਉਹਨਾਂ ਨੂੰ ਵੀ ਨੋਟਿਸ ਕੱਢੀ ਜਾ ਰਹੇ ਨੇ। ਤੇ ਦੂਜਾ ਸਾਡਾ ਇਹ ਆ ਕਿ ਮੋਦੀ ਹਕੂਮਤ ਦਾ ਭੁਲੇਖਾ ਹੋ ਸਕਦਾ ਹੈ ਕਿ ਲੋਕਾਂ ਨੂੰ ਕੇਸ ਪਾ ਕੇ, ਲੋਕਾਂ ਨੂੰ ਡਰਾ ਕੇ, ਲੋਕਾਂ ਦੇ ਵਿੱਚ ਦਹਿਸ਼ਤ ਪਾ ਕੇ ਵੀ ਸ਼ਾਇਦ ਲੋਕ ਡਰਦੇ ਘਰਾਂ ਨੂੰ ਚਲੇ ਜਾਣਗੇ, ਕਿਉਂਕਿ ਜਦੋਂ ਵੀ ਕਿਤੇ ਜਾਬਰ ਹੋਇਆ ਲੋਕਾਂ ਤੇ, ਸਗੋਂ ਸੰਘਰਸ਼ ਨੇ ਜਿਹੜੇ ਉਹ ਤੇਜ਼ ਹੋਏ ਨੇ, ਉਸੇ ਦਾ ਸਿੱਟਾ ਜਿਹੜਾ ਅੱਜ ਦੁਬਾਰਾ ਜਿਹੜਾ ਸੰਘਰਸ਼ਾਂ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਸਾਡੇ ਇਕੱਠ ਆ ਜਿਹੜੇ ਉਹ ਵੱਧ ਰਹੇ ਆ। ਸਾਡਾ ਸੰਘਰਸ਼ ਜੋ ਸਾਡਾ ਪਿੱਠ ਚੱਲ ਰਿਹਾ ਗਾ, ਸਾਡਾ ਫਰਜ਼ ਬਣਦਾ ਵੀ ਸਰਕਾਰ ਨਜ਼ਰ ਨਹੀਂ ਮੰਨਦੀ, ਅਸੀਂ ਜਿਹੜੀਆਂ ਮੰਗਾਂ ਨੇ ਉਹ ਦਿੰਦੇ ਰਹਾਂਗੇ ਮੰਗ ਪੱਤਰ, ਕਿਉਂਕਿ ਜਬਰ ਵਿਰੋਧੀ ਅੱਜ ਦਾ ਦਿਨ ਮਨਾ ਰਹੇ ਹਾਂ ਅਸੀਂ। ਸਰਕਾਰ ਦੀਆਂ ਨਲਾਇਕੀਆਂ ਦੇ ਕਾਰਨ ਤੇ ਉੱਥੋਂ ਦਿੱਲੀ ਪੁਲਿਸ ਦੀ ਨਲਾਇਕੀ ਦੇ ਕਾਰਨ ਸਾਡੇ ਜਿਹੜੇ ਆਗੂ ਜਾਂ ਬੱਚੇ ਉੱਧਰ ਗਏ ਨੇਗੇ, ਇਹ ਬਿਲਕੁਲ ਸਰਕਾਰ ਦੀ ਨਲਾਇਕੀ ਕਾਰਨ ਗਏ ਨੇ। ਸਰਕਾਰ ਲੈ ਕੇ ਗਈ ਆ ਉਹਨਾਂ ਨੂੰ, ਉਹਨਾਂ ਦਾ ਜਾਣ ਦਾ ਕੋਈ ਮਨੋਰਥ ਨਹੀਂ ਸੀ, ਜਦ ਕਿ ਲਾਲ ਕਿਲੇ 'ਤੇ ਤਾਂ ਉਸ ਦਿਨ ਚਿੜੀ ਵੀ ਨਹੀਂ ਫਰਕ ਸਕਦੀ, ਇਹ ਸਾਰਾ ਸਰਕਾਰ ਦੀ ਮਿਲੀ ਭੁਗਤਾ। ਵੱਡਾ ਸਵਾਲ ਅਸੀਂ ਜਿਹੜਾ ਇਸ ਡਿਬੇਟ ਦੇ ਵਿੱਚ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਇਸ ਚਰਚਾ ਵਿੱਚ ਕਿ ਜਬਰ ਕਰਕੇ ਕਿਸਾਨਾਂ ਦੇ ਸੰਘਰਸ਼ ਨੂੰ ਲੀਹ ਤੋਂ ਲਾਉਣ 'ਚ ਸਿਆਸਤ ਕਾਮਯਾਬ ਹੋਈ ਹੈ, ਇਸ ਸਵਾਲ 'ਤੇ ਚਰਚਾ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਬਿਨਾਂ ਸਿਆਸਤ ਤੋਂ ਇਹ ਪੈਨਲ ਹੈ, ਯਾਨੀ ਕਿ ਗੈਰ ਸਿਆਸੀ ਪੈਨਲ ਹੈ, ਜਿਹਦੇ ਕਰਕੇ ਇਹ ਸਾਨੂੰ ਇਹ ਚਰਚਾ ਕਰਨੀ ਪੈ ਰਹੀ, ਕਿਉਂਕਿ ਸਿਆਸਤ ਹੈ ਉਹ ਇਸ ਮੁੱਦੇ ਨੂੰ ਭੜਕਾਉਣ ਵਿੱਚ ਲੱਗੀ ਹੋਈ ਹੈ। ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਵਨਾਸ਼ ਸਿੰਘ ਜੀ ਸੀਨੀਅਰ ਜਰਨਲਿਸਟ ਨੇ, ਅਵਨਾਸ਼ ਸਿੰਘ ਖਰਾ ਦਾ ਬੜਾ ਲੰਬਾ ਤਜਰਬਾ ਅਧਿਆਪਨ ਖਿੱਤੇ ਵਿੱਚ ਵੀ, ਇਹਨਾਂ ਨੇ ਬੜੇ ਪੱਤਰਕਾਰ ਤਿਆਰ ਕੀਤੇ ਆ ਅਤੇ ਖੁਦ ਵੀ ਇਹ ਮੀਡੀਆ ਦੇ ਖੇਤਰ ਵਿੱਚ ਰਹੇ ਆ, ਨਿੱਜੀ ਅੰਗਰੇਜ਼ੀ ਅਖਬਾਰ ਨਾਲ ਜੁੜੇ ਰਹੇ ਆ, ਇਸ ਤੋਂ ਇਲਾਵਾ ਇਲੈਕਟ੍ਰੋਨ ਮੀਡੀਆ ਨਾਲ ਵੀ ਇਹਨਾਂ ਲੰਬਾ ਤਜਰਬਾ ਰਿਹਾ। ਪ੍ਰੈਸ ਅਵਨਾਸ਼ ਸਿੰਘ ਜੀ ਗਾਜ਼ੀਪੁਰ ਬਾਰਡਰ ਦੇ ਨੇੜੇ ਬੈਠੇ ਆ, ਪ੍ਰੈਸ ਅਵਨਾਸ਼ ਸਿੰਘ ਬਹੁਤ ਸਵਾਗਤ ਹੈ ਸਰ ਤੁਹਾਡਾ। ਸ਼ੁਕਰੀਆ। ਡਾਕਟਰ ਪਹਿਲਾ ਗਰਗ ਐਕਟੀਵਿਸਟ ਦੇ ਤੌਰ 'ਤੇ ਵਿਚਰਦੇ ਨੇ, ਸਾਬਕਾ ਰਜਿਸਟਰਾਰ ਨੇ, ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ, ਚੰਡੀਗੜ੍ਹ ਜਿਹੜੀ ਕਿਸਾਨ ਮਹਾਂਪੰਚਾਇਤ ਹੋਈ ਸੀ ਉੱਥੇ ਇਹਨਾਂ ਨੇ ਵੱਡਾ ਐਲਾਨ ਕੀਤਾ ਕਿ ਕਿਸਾਨ ਆਗੂ ਨੂੰ ਫੜਨ ਤੋਂ ਪਹਿਲਾਂ ਮੈਨੂੰ ਗ੍ਰਿਫਤਾਰ ਕਰੋ ਅਤੇ ਮੈਂ ਉਹ ਸ਼ਖਸ ਹੋਊਂਗਾ ਜਿਹੜਾ ਜ਼ਮਾਨਤ ਵੀ ਨਹੀਂ ਮੰਗੂਗਾ। ਡਾਕਟਰ ਪਹਿਲਾ ਗਰਗ ਨੇ ਜਦੋਂ ਇਹ ਉੱਥੇ ਐਲਾਨ ਕੀਤਾ ਸੀਗਾ ਤਾਂ ਇਹਨਾਂ ਦੇ ਹੱਕ ਵਿੱਚ ਬਹੁਤ ਲੋਕ ਖੜ੍ਹੇ ਸਾਨੂੰ ਦਿਖਾਈ ਦਿੱਤੇ ਸੀਗੇ, ਅਤੇ ਇਸ ਕਰਕੇ ਡਾਕਟਰ ਗਰਗ ਤੁਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਬਰ ਵਿਰੁੱਧ ਇਹ ਆਵਾਜ਼ ਚੁੱਕਦੇ ਪਏ ਆ। ਡਾਕਟਰ ਗਰਗ ਸਰ ਬਹੁਤ ਸਵਾਗਤ ਹੈ ਸਰ ਤੁਹਾਡਾ। ਹਰਚੰਦ ਸਿੰਘ ਬਾਠ ਸੀਨੀਅਰ ਐਡਵੋਕੇਟ ਨੇ, ਬਾਠ ਸਾਹਿਬ ਦਾ ਤਕਰੀਬਨ 3 ਦਹਾਕਿਆਂ ਤਜਰਬਾ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਵਕਾਲਤ ਕਰ ਰਹੇ ਨੇ ਅਤੇ
जो एक वकील किसी चर्चा में बैठता तो हमेशा कहता मैं वकालत का विद्यार्थी हाँ, पर डॉक्टर मिस्टर बाठ ने विद्यार्थी होने के नाते इन्ना कुछ इस वकालतनामे तो पढ़ लिया सीख लिया तो इन्ह हाई कोर्ट के जड़िया जरा होंदिया ने उन्होंने इन्ना कुछ आपके को हासिल कर लिया तो इन्हों पता है नवदीप के केस का की बनेगा तो टूल किट फूल किट को साबित हो रही है इसलिए बाठ साहब सुनते हैं। बाठ साहब बहुत स्वागत है सर थोड़ा। प्रेस अविनाश सिंह सब तो पहला सवाल तुम्हें करना चाहगा। प्रेस अविनाश सिंह जबर का टाकरा करने के लिए कौम हमेशा लड़ती रही है पर यह कौम का मसला जोड़ा वो वड्डा मसला खेती कानूनों पर है तो ढिड का मसला बनया होया जबर विरोधी संघर्ष छेड़ के कितने खेती कानूनों असं भुलता नहीं जावे। प्रेस अविनाश सिंह जी असी कोई पिछले तीन हफ्तों की गल करिए के पी सिंह साहब तो सानू इस तरह लगता है कि असी एक्चुअली जोड़े साढ़े तीन काले कानून ने उन्होंने थोड़ा बहुत पिछली अंगीठी ते रखिया होया ते नवी नवी चीज़ां असी रोज़ मैं कल दी गल तो इसलिए शुरू करना चाहवांगा कि पुलिस जिहड़ी है वो किसे थां ते मौजूद होवे उत्थे एक वांटेड तुहाडा वांटेड बंदा जिहड़ा है वो मैं लखा सधाणा दी गल कर रहा तुहाडा वांटेड बंदा उत्थे पहुंचे उस पहुंचण तो बाद फिर उत्थों स्टेज तो थले जावे दोबारा पहुंच जावे ते तुहाडे कोल पूरी दिल्ली क्राइम ब्रांच की मशीनरी होवे तो पहुंचन किस तरह दिता गया कि वह सरेंडर करना चाहता सी कि की एक एम हो रहा सी उन्हों प्रोजेक्ट करन दा एक मैं जान के कहा जी एक तो प्रोजेक्शन हो रही है जिहड़ी असी दिल्ली गाजीपुर च देखी सी कि एक पर्टिकुलर लीडर नू अगे किया गया और उहदे विच अंदरों इन्हां दे विच आपस दे विच दो फाड़ या तीन फाड़ करन दी कोशिश हुई जी। हुण एक प्रोजेक्शन होर हुई है इस प्रोजेक्शन दे नाल नाल के पी सिंह जी जिहड़ी कन्फ्यूजन क्रिएट कीती जा रही है ना वह सरकारां करदियां लेकिन इस वेले तुहाडा जिहड़ा सारा मुद्दा है वह जे सरकार बोलदी है जे बालियान साहब मुजफ्फरनगर जांदे ने जां बालियान साहब हरियाणा दे किसे पिंड दे विच जांदे है उन्हां दा वेलकम नहीं हुंदा तां उन्हां नूं लगदा है जो जो तुसीं लुधियाणे दे कोल देख लिया महापंचायत दे विच जो बरनाला च देख लिया उस तो बाद हुण एक चीज़ तां हो गई कि कहना शुरू करता कि जनाब पहलां तो कुछ कु बंदे सी हुण बंदे दिखण लग गए लेकिन असी पता की कह रहे फर्स्ट लाइन कहना चाह रहे हां असी की कह रहे हां कि जनाब हुण किसानां दे कानून दी गल नहीं हो रही हुण गल हो रही है जब वो हमारे पास कोई कोई पुख्ता तरकीब लेके आएंगे हम उनकी बात सुनने के लिए हमारे दरवाजे खुले। ठीक है डॉक्टर गर्ग सर मैं जबर वाला सवाल किया डॉक्टर गर्ग कहते हैं जो किसी अंदोलन ली तो भटकाना हो अंदोलन के विचाले जो केस दर्ज होंगे उसका मुद्दा शुरू कर दो तो जो असल मुद्दा है उस तो पासे हो जाओ सर यही कुछ हो रहा है। प्रेस अविनाश सिंह ने कहा कि असी पिछली अंगीठी से सर मुद्दे थोड़े बहुत रख दते हैं एडमिट करते पे डॉक्टर गर्ग तुम एडमिट करते हो नहीं मैं थोड़ा जहा लगता है भी ये ऐ नहीं है कि ये हो जाता पहली गल तो यह सवाल ठीक है कि आम तौर पर अंदोलन के जोड़े नवे मुद्दे खड़े हो जाते हैं कुटमार के केसा के कोई होर सजावान के उन्होंने उत्ते बहुते बारी आके हो जाता कि जी ये तो वापस करो पर इस अंदोलन ने यह रूप लिया नहीं है। इस अंदोलन के जे असी 16 तरीक का सर छोटू राम की जयंती की गल करिए तो सीधा किसानी मुद्दा सीगा जे असी रेल रोको का करिए कोई जबर विरोध के वास्ते नहीं सी जबर विरोधी तो सारे ही शामिल है जे असी 22 तरीक 23 तरीक का पगड़ी संभाल जट्टा की गल करते हैं तो 3 कानून उदो ब्रिटिश गौरमेंट ने भी वापस करे सी बिल्कुल सिमिलर कानून सी एक कानून वह सी जिहड़ा सरकार ने वायदा करिया सी उहनूं तोड़ रही सी वायदा खिलाफी कर रही सी जिवें इत्थे MSP दे वायदे तो कर रही है। दूजा कानून वह सी कि जमीन दे उत्ते तुहाडा अधिकार नहीं रहेगा वह भी यही कुछ कर रही है। तीजा कानून से भी जमीन जो लैनी है तो कोई ग्रुप बनाने पैणगे वो ठेका खेती च भी यह है जिहड़ियां सोसाइटियां ते फलाना बनाना पऊगा सो उह जे कानून सीगे ते उसे तरह ही उहदे च अमेंडमेंट उन्होंने कही सी अंग्रेज सरकार ने पहला भी कर दें पर जब नहीं मनेगी आखिरकार वो कानून वापस लेने पे सी सो ये नहीं है। जबर विरोधी दिवस मनाने का मतलब यह है ये उस अंदोलन का ही पार्ट है क्योंकि हुण अंदोलन नूं खराब करने वास्ते कदे यही नहीं भी जिहड़े जवान फड़े गए उन्होंने केसां की गल है ये भी शामिल है कि तुसीं कितें टिकरी बॉर्डर से लाते सी बोर्ड हुण कहिंदे ने अज्ज भी उतार दे
ਕਿਤੇ ਤੁਸੀਂ ਕਿੰਦ ਕੱਢਤੇ, ਕਿਤੇ ਤੁਸੀਂ ਇੰਟਰਨੈਟ ਬੰਦ ਕਰਦੇ, ਇਹ ਵੀ ਤਾਂ ਜਬਰ ਹੈ ਨਾ। ਇਹਨੂੰ ਜੇ ਜਬਰ ਨਹੀਂ ਮੰਨਾਂਗੇ, ਤੁਸੀਂ ਸੜਕਾਂ ਪੱਟੀਆਂ, ਤੁਸੀਂ ਵੱਡੇ ਵੱਡੇ ਬੈਰੀਅਰ ਲਾਤੇ, ਸੋ ਇਹ ਸਾਰਾ ਕੁਛ ਹੀ ਜਬਰ ਹੈ। ਅੰਦੋਲਨ ਦੇ ਉੱਤੇ ਜਿਹੜਾ ਜਬਰ ਹੋ ਰਿਹਾ ਉਹਦੇ ਵਿਰੋਧ ਦੇ ਵਿੱਚ, ਉਹ ਇਹ ਕੋਈ ਨਵਾਂ ਗੱਲ ਨਹੀਂ। ਜਿਹੜਾ ਇਹ ਜਬਰ ਹੋ ਰਿਹਾ ਨਵਾਂ ਨਹੀਂ ਹੈ, ਇਹ ਪਹਿਲਾਂ ਵੀ ਉਹ ਜਬਰ ਕਰ ਰਹੇ ਸੀ, ਉਹਦੀ ਇੰਟੈਂਸਿਟੀ ਵਧੀਆ। ਸੋ ਇਸ ਕਰਕੇ ਮੈਂ ਨਹੀਂ, ਮੈਨੂੰ ਇਹ ਲੱਗਦਾ ਨਹੀਂ ਹੈ ਕਿ ਜਿਹੜੇ ਕਾਨੂੰਨਾਂ ਦਾ ਮੁੱਦਾ ਵਾਪਸੀ ਦਾ ਉਹ ਕਿਤੇ ਬੈਕ ਗੇਅਰ 'ਚ ਗਿਆ। ਈਵਨ ਕੱਲ੍ਹ ਜਿਹੜੀ ਰਾਜ ਰੈਲੀ ਸੀ ਉਹਦੇ 'ਚ ਵੀ ਲੱਖੇ ਸਦਨ ਨੇ ਇਹੀ ਕਿਹਾ ਵੀ ਕਾਨੂੰਨ ਹੀ ਵਾਪਸ ਕਰਾਉਣੇ ਨੇ, ਬਿਨਾਂ ਕਾਨੂੰਨ ਵਾਪਸ ਕਰਾਏ ਨਹੀਂ ਆਉਣਾ। ਚਲੋ ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਵਾਂਗੇ ਅਤੇ ਲੀਗਲ ਓਪੀਨੀਅਨ ਵੀ ਜਾਣਾਂਗੇ। ਪਰ ਜਬਰ ਵਿਰੁੱਧ ਸਬਰ ਕਿੰਨਾ ਕੁ ਰੱਖਿਆ ਜਾਵੇ? ਸਬਰ ਦਾ ਪਿਆਲਾ ਭਰ ਜਾਂਦਾ, ਸਬਰ ਦਾ ਪਿਆਲਾ ਡੁੱਲ ਵੀ ਜਾਂਦਾ ਜਦੋਂ ਜਬਰ ਹੁੰਦਾ ਹੋਵੇ। ਪਰ ਜਬਰ ਵਿਚਾਲੇ ਕਿਸਾਨ ਸੰਘਰਸ਼ ਕਿੱਥੇ ਖੜਾ? ਅਸੀਂ ਵਾਰ ਵਾਰ ਇੱਕੋ ਸਵਾਲ ਕਰਦੇ ਹਾਂ, ਪਰ ਇਸ ਸਵਾਲ ਦੇ ਵਿਚਾਲੇ ਨਿਸ਼ਾਨਾ ਇਹ ਮਹਿਲਾਵਾਂ, ਇਹ ਕੁੜੀਆਂ, ਇਹ ਔਰਤਾਂ, ਇਹਨਾਂ ਨੂੰ ਵੀ ਕੀਤਾ ਗਿਆ, ਕਿਉਂ ਇਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ? ਵਾਪਸ ਆ ਕੇ ਸਵਾਲ ਵੀ ਹੋਣਗੇ, ਕਿਉਂਕਿ ਸਵਾਲ ਟੂਲ ਕਿੱਟ ਦਾ ਮਹੱਤਵਪੂਰਨ ਹੈ, ਜਿਹਨੂੰ ਸਾਡੇ ਮੀਡੀਆ ਨੇ ਇਸ ਤਰੀਕੇ ਨਾਲ ਪ੍ਰਚਾਰਿਆ, ਪਤਾ ਨਹੀਂ ਕੀ ਤੂਫਾਨ ਖੜਾ ਹੋ ਗਿਆ। ਪਰ ਅਦਾਲਤ ਸਬੂਤ ਮੰਗਦੀ ਹੈ, ਅਦਾਲਤ ਦਲੀਲਾਂ 'ਤੇ ਚੱਲਦੀ ਹੈ, ਅਦਾਲਤ ਉਹ ਨਹੀਂ ਚੱਲਦੀ ਕਿ ਸਟੂਡੀਓ ਵਿੱਚ ਤੁਸੀਂ ਰੋਲਾ ਪਾ ਕੇ ਬੈਠ ਜਾਓ। ਵਾਪਸ ਆ ਰਹੇ ਅਸੀਂ ਵੱਡਾ ਸਵਾਲ ਇੱਕੋ ਪੁੱਛ ਰਹੇ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਕੀ ਜਬਰ ਕਰਕੇ ਕਿਸਾਨਾਂ ਸੰਘਰਸ਼ ਨੂੰ ਲੀ ਤੋਂ ਲਾਉਣ 'ਚ ਸਿਆਸਤ ਕਾਮਯਾਬ ਤਾਂ ਨਹੀਂ ਹੋ ਗਈ? ਇਸ ਸਵਾਲ 'ਤੇ ਅਸੀਂ ਬਹਿਸ ਕਰ ਰਹੇ ਹਾਂ। ਹਰਚਰਨ ਸਿੰਘ ਬਾਠ ਸਾਡੇ ਨਾਲ ਮੌਜੂਦ ਹੈਗੇ ਆ। ਬਾਠ ਸਾਹਿਬ, ਇੱਕ ਮੇਰੇ ਕੋਲ ਰਾਸ਼ਟਰਪਤੀ ਨਾਲ ਮੰਗ ਪੱਤਰ ਪਿਆ ਹੈ, ਸਾਰਿਆਂ ਨੇ ਮੇਰਾ ਖਰ ਡਾਕਟਰ ਗਰਗ ਖਰਾ ਨੇ ਵੀ ਲਿਖਿਆ ਹੋਊਗਾ, ਇਹਨਾਂ ਤੋਂ ਵੀ ਮੈਂ ਪੁੱਛ ਲੂੰਗਾ। ਬਾਠ ਸਾਹਿਬ, ਮੈਂ ਮੰਗ ਪੱਤਰ ਨੂੰ ਪਾਸੇ ਰੱਖ ਕੇ ਸਰ ਤੁਹਾਨੂੰ ਇਹ ਪੁੱਛ ਰਿਹਾ ਕਿ ਜਦੋਂ ਅਦਾਲਤਾਂ ਤੋਂ ਇਨਸਾਫ ਮੰਗਿਆ ਜਾਂਦਾ ਉਦੋਂ ਨੌਦੀਪ ਵਾਲਾ ਕੇਸ ਹੋਵੇ, ਦਿਸ਼ਾ ਵਾਲਾ ਕੇਸ ਹੋਵੇ, ਤਾਂ ਜੱਜ ਸਾਹਿਬ ਟਿੱਪਣੀ ਕਰਨ, ਮੈਨੂੰ ਪੜ੍ਹ ਕੇ ਦੱਸਣ ਜ਼ਰੂਰਤ ਨਹੀਂ ਜੱਜ ਸਾਹਿਬ ਨੇ ਕੀ ਟਿੱਪਣੀ ਕੀਤੀ ਹੈ। ਬਾਠ ਸਾਹਿਬ, ਉਦੋਂ ਸਾਡੇ ਮੀਡੀਆ ਦੀ ਭੂਮਿਕਾ 'ਤੇ ਵੀ ਸਵਾਲ ਖੜ੍ਹੇ ਹੁੰਦੇ। ਬਾਠ ਸਾਹਿਬ, ਮੇਰਾ ਸਵਾਲ ਇਹ ਹੈ ਸਰ, ਹੁਣ ਮਾਫ਼ੀ ਕੌਣ ਕੌਣ ਮੰਗੇਗਾ, ਜਾਂ ਹਜੇ ਮੌਕਾ ਦੇਣਾ ਚਾਹੀਦਾ ਕਿ ਮਾਫ਼ੀ ਮੰਗਣ ਵਾਲਾ ਟੂਲ ਕਿੱਟ ਵਾਲਾ ਮਾਮਲਾ ਜਿਹੜਾ ਉਹ ਅੱਗੇ ਜਾ ਕੇ ਉਦੋਂ ਮਾਫ਼ੀਆਂ ਮੰਗਣਗੇ ਸਾਰੇ, ਜਾਂ ਟੂਲ ਕਿੱਟ ਵਾਲੇ ਮਾਮਲੇ ਵਿੱਚ ਕੁਝ ਹੋਰ ਨਵਾਂ ਵੀ ਹੋ ਸਕਦਾ? ਬਾਠ ਸਾਹਿਬ, ਦੇਖੋ ਜੀ, ਕੇ ਪੀ ਸਿੰਘ ਜੀ, ਜਿਹੜਾ ਤੁਹਾਡਾ ਸਵਾਲ ਕਿ ਕੀ ਜਿਹੜਾ ਵਾ ਇਹ ਜਬਰ ਪਿਆ ਹੋਇਆ, ਜਾਂ ਜਿਹੜੇ ਸਾਡੇ ਲੋਕ ਜੇਲ੍ਹਾਂ ਦੇ ਵਿੱਚ ਬੈਠੇ ਨੇ, ਅਤੇ ਇਹ ਸਾਰੇ ਕੁਝ ਦੇ ਕੀ ਜਿਹੜਾ ਸਾਡਾ ਮੇਨ ਅੰਦੋਲਨ ਆ, ਜਿਹੜਾ ਮੁੱਖ ਅੰਦੋਲਨ ਸਾਡਾ ਖੇਤੀਬਾੜੀ ਕਾਨੂੰਨਾਂ ਦੇ ਬਾਰੇ ਹੈ, ਕੀ ਉਹ ਪਿੱਛੇ ਪੈ ਗਿਆ? ਇਹ ਜਿਹੜੇ ਅੱਗੇ ਆ ਗਏ, ਇਹ ਕੁਝ ਇੱਕ ਸੈਕਸ਼ਨ ਲੋਕਾਂ ਦਾ ਔਰ ਇੱਕ ਸੈਕਸ਼ਨ ਮੀਡੀਆ ਦਾ ਇਸ ਗੱਲ ਨੂੰ ਹੀ ਪ੍ਰੋਜੈਕਟ ਕਰ ਰਿਹਾ, ਇਸ ਗੱਲ ਨੂੰ ਹੀ ਸਾਰੇ ਨੂੰ ਪ੍ਰੋਜੈਕਟ ਕਰ ਰਿਹਾ। ਪਰ ਦੇਖੋ, ਮੈਂ ਇਹਦੀ ਥੋੜ੍ਹੀ ਬੈਕਗ੍ਰਾਉਂਡ ਜਾਵਾਂ। ਜਦੋਂ ਸਾਡਾ ਆਜ਼ਾਦੀ ਦਾ ਅੰਦੋਲਨ ਚੱਲਿਆ, ਉਸ ਤੋਂ ਬਾਅਦ ਜਿਹੜੇ ਜਿੰਨੇ ਵੀ ਅੰਦੋਲਨ ਚੱਲਦੇ ਰਹੇ, ਚਾਹੇ ਉਹ ਤੇਲੰਗਾਨਾ ਦੇ ਵਿੱਚ ਕਿਸਾਨਾਂ ਦੀ ਜਿਹੜੀ ਆ ਉਹ ਜਾਗੀਰਦਾਰੀ ਦੇ ਖਿਲਾਫ ਸੀ, ਚਾਹੇ ਪੈਪਸੂ ਦੇ ਵਿੱਚ ਤੇਜਾ ਸਿੰਘ ਸੁਤੰਤਰ ਹੋਰਾਂ ਨੇ ਅਤੇ ਉਹਨਾਂ ਦੇ ਸਾਥੀਆਂ ਨੇ, ਜਗੀਰ ਸਿੰਘ ਜੋਗਾ ਹੋਰਾਂ ਨੇ, ਉਹਨਾਂ ਨੇ ਜਿਹੜਾ ਇੱਥੇ ਦਾਰਾ ਲਹਿਰ ਬਹੁਤ ਵੱਡੀ ਲੜੀ। ਉਸ ਤੋਂ ਬਾਅਦ ਜਿਹੜਾ ਵਾ ਐਮਰਜੈਂਸੀ ਦੇ ਖਿਲਾਫ ਜਿਹੜੀਆਂ ਲੜਾਈਆਂ ਲੜੀਆਂ ਗਈਆਂ, ਮਤਲਬ ਜਿੰਨੇ ਵੀ ਜਿਹੜੇ ਘੋਲ ਹੈ ਉਹ ਲੜੇ ਗਏ। ਉਹਦੇ ਵਿੱਚ ਜਿਹੜਾ ਮੇਨ ਸਟਰਗਲ ਆ, ਉਹਦਾ ਬਾਇਓ ਪ੍ਰੋਡਕਟ, ਉਹਦਾ ਕੌਨਸੀਕੁਐਂਸ ਇੱਕ ਹੀ ਹੁੰਦਾ ਕਿ ਸਟੇਟ ਜਿਹੜੀ ਉਹ ਰਿਪਰੈਸ਼ਨ ਕਰਦੀ ਹੈ, ਔਰ ਉਸ ਰਿਪਰੈਸ਼ਨ ਦੇ ਖਿਲਾਫ ਵੀ ਬੋਲਣਾ ਜਿਹੜਾ ਵਾ ਉਨਾ ਹੀ ਜ਼ਰੂਰੀ ਆ। ਇਸ ਕਰਕੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਮੇਨ ਅੰਦੋਲਨ ਜਿਹੜਾ ਚੱਲ ਰਿਹਾ ਦਿੱਲੀ ਦੇ ਵਿੱਚ, ਟਿੱਕਰੀ ਦੇ ਵਿੱਚ ਬੈਠੇ ਨੇ, ਸਿੰਘੂ ਦੇ ਵਿੱਚ ਬੈਠੇ ਨੇ, ਉੱਥੇ ਮੇਨ ਅੰਦੋਲਨ ਜਿਹੜਾ ਚੱਲ ਰਿਹਾ ਉਹ ਇਹਨਾਂ ਕਾਨੂੰਨਾਂ ਦੇ ਖਿਲਾਫ ਹੈ, ਬਲਕਿ ਉਹ ਇੰਟੈਂਸੀਫਾਈ ਹੋਇਆ, ਚਾਹੇ ਉਹ ਸੀਕਰ ਦੇ ਵਿੱਚ ਹੋਇਆ ਹੋਵੇ, ਚਾਹੇ ਹਰਿਆਣੇ ਦੇ ਵਿੱਚ ਮਹਾਂ ਪੰਚਾਇਤਾਂ ਹੋਈਆਂ ਹੋਣ, ਚਾਹੇ ਪੰਜਾਬ ਦੇ ਵਿੱਚ ਹੋਣ, ਚਾਹੇ ਯੂਪੀ ਦੇ ਵਿੱਚ ਹੋਰ ਬਹੁਤ ਸਾਰੇ ਉਹ ਚੱਲ ਰਿਹਾ। ਹਾਂ, ਹੁਣ ਮੈਂ ਤੁਹਾਡੇ ਸਵਾਲ ਤੇ ਆਉਣਾ ਜੀ। ਤੁਹਾਡਾ ਜਿਹੜਾ ਸਵਾਲ ਇਹ ਹੈ ਕਿ ਮਾਫ਼ੀ ਕੌਣ ਕੌਣ ਮੰਗੇਗਾ ਤੇ ਕੀ ਹੋਏਗਾ? ਇਸ ਸਿਸਟਮ ਦੇ ਵਿੱਚ ਇਹ ਮਾਫ਼ੀ ਮੰਗਣ ਵਾਲਾ ਜਿਹੜਾ ਹੈ ਉਹ ਸ਼ਾਇਦ ਅਧਿਆਇ ਸੰਵਿਧਾਨ ਦੇ ਵਿੱਚ ਲਿਖਿਆ ਨਹੀਂ ਗਿਆ, ਚਾਹੇ ਉਹ ਕਾਨੂੰਨ ਦੇ ਵਿੱਚ ਜਿਹੜਾ ਉਹ ਹੈ ਨਹੀਂ। ਉਹਦਾ ਇੱਕ ਅਲਟੀਮੇਟ ਜਿਹੜਾ ਹੈ ਉਹ ਇਹ ਆ ਹੁੰਦਾ ਹੈ ਕਿ ਜੇ ਕਿਸੇ ਵਿਦੋਸ਼ੀ ਨੂੰ ਫੜਿਆ ਗਿਆ, ਹਾਂ ਜੇ ਤੁਸੀਂ ਇਹ ਜਿਹੜੇ ਦਿਸ਼ਾ ਵਾਲੀ ਜੱਜਮੈਂਟ ਹੈ ਤੁਸੀਂ ਸਭ ਨੇ ਪੜ੍ਹੀ ਆ, ਹਰ ਇੱਕ ਦੇ ਕੋਲੇ ਗਈ ਹੈ, 17-18 ਪੇਜ ਦਾ ਜਿਹੜਾ ਆਰਡਰ ਹੈ ਜਿਹਦੇ ਵਿੱਚ ਜ਼ਮਾਨਤ ਦਿੱਤੀ ਗਈ ਆ, ਜੇ ਤੁਸੀਂ ਉਹਦੇ ਵਿੱਚ ਡਿਟੇਲ ਦੇ ਵਿੱਚ ਜਾਓ ਤਾਂ ਜਿਹੜਾ ਪੁਲਿਸ ਨੇ ਕੇਸ ਬਣਾਇਆ, ਜਿਹੜਾ ਬਹੁਤ ਵੱਡੀ ਦੁਨੀਆ ਦੇ ਵਿੱਚ ਬਿਲਡ ਕੀਤਾ ਗਿਆ ਤੇ ਸਭ ਤੋਂ ਜਿਹੜੇ ਵੱਡੇ ਅੱਤਵਾਦੀ ਹੈ ਸ਼ਾਇਦ ਜਿਹੜਾ ਵਾ 9/11 ਜਿਹੜਾ ਅਮਰੀਕਾ ਦੇ ਵਿੱਚ ਹੋਇਆ ਸੀ, ਜਿਹੜਾ ਅੱਤਵਾਦੀ ਕਾਂਡ ਜਿਹਦੇ ਜਹਾਜ਼ ਜਿਹੜੇ ਹੈ ਉਹ ਮਾਰੇ ਗਏ ਸੀ ਵਰਲਡ ਟ੍ਰੇਡ ਸੈਂਟਰ ਦੇ ਵਿੱਚ। ਉਸ ਤੋਂ ਬਾਅਦ ਜੇ ਸਭ ਤੋਂ ਵੱਡਾ ਸ਼ਾਇਦ ਅੱਤਵਾਦ ਕੀਤਾ ਗਿਆ ਕਿ ਟੂਲ ਕਿੱਟ, ਉੱਥੇ ਤਾਂ ਜਹਾਜ਼ ਮਾਰੇ ਸੀ, ਇੱਥੇ ਇਹਨਾਂ ਨੇ ਇੱਕ ਟੂਲ ਕਿੱਟ ਜਿਹੜੀ ਉਹ ਬਣਾ ਦਿੱਤੀ ਹੈ, ਜਿਹੜੀ ਸ਼ਾਇਦ ਉਸ ਤੋਂ ਵੀ ਖਤਰਨਾਕ ਜਿਹੜੀ ਚੀਜ਼ ਹੈ ਉਹ ਬਣਾਈ ਹੈ। ਪਰ ਜਿਹੜਾ ਜੱਜ ਸਾਹਿਬ ਨੇ ਇਕੱਲੀ ਇਕੱਲੀ ਚੀਜ਼ ਬੜੀ ਓਪਨਲੀ ਇਕੱਲੀ ਇਕੱਲੀ ਚੀਜ਼ ਨੂੰ ਡਿਸਕਸ ਕਰਕੇ, ਟੂਲ ਕਿੱਟ ਨੂੰ ਡਿਸਕਸ ਕਰਕੇ, ਜਿਹੜੇ ਹੋਰ ਬਾਕੀ ਡਾਕੂਮੈਂਟਸ ਜਿਹੜੇ ਆ ਸਟੇਟ ਨੇ ਪੇਸ਼ ਕੀਤੇ
ਉਹਨਾਂ ਨੂੰ ਡਿਸਕਸ ਕੇ ਉਹ ਸਾਰਾ ਕੇਸ ਜਿਹੜਾ ਵਾ ਉਹ ਡਿਸਟਰੋਏ ਕਰ ਦਿੱਤਾ ਕਿ ਜਿਵੇਂ ਕਹਿੰਦੇ ਆ ਕਿ ਪੁੱਟਿਆ ਜਿਹੜਾ ਵਾ ਪਹਾੜ ਤੇ ਨਿਕਲਿਆ ਚੂਹਾ ਉਹਦੇ ਵਿੱਚੋਂ ਕੁਛ ਨਿਕਲ ਕੇ ਜਿਹੜਾ ਸਾਹਮਣੇ ਨਹੀਂ ਆਇਆ। ਪਰ ਜਿਹੜਾ ਮੈਂ ਗੱਲ ਕਹਿਣੀ ਚਾਹੁੰਦਾ ਕਿ ਸਟੇਟ ਜਿਹੜੀ ਆ ਉਹ ਕੋਈ ਵੀ ਅੰਦੋਲਨ ਹੋਵੇ ਉਹਨਾਂ ਨੂੰ ਦਬਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਸ਼ੜਯੰਤਰ ਉਹਨਾਂ ਦੀਆਂ ਏਜੰਸੀਆਂ ਨੇ ਉਹ ਸਾਰੇ ਕੁਝ ਉਹਨਾਂ ਦੇ ਸਪੋਰਟਰ ਨੇ ਉਹਨਾਂ ਦੀ ਪ੍ਰੈਸ ਹੈ ਉਹਨਾਂ ਦਾ ਮੀਡੀਆ ਹੈ ਇਹ ਸਾਰੇ ਕੁਝ ਜਿਹੜੇ ਆ ਕੋਸ਼ਿਸ਼ ਕਰ ਰਹੇ ਆ। ਪਰ ਜਦੋਂ ਦੀ ਵੀ ਕੋਸ਼ਿਸ਼ ਕਰਦੇ ਆ ਉਹ ਤਾਂ ਉਹਨਾਂ ਦੇ ਉਲਟ ਪੈ ਰਿਹਾ ਜਿਵੇਂ ਆ ਦਿਸ਼ਾ ਵਾਲਾ ਕੇਸ ਜਿਹੜਾ ਰੀਸੈਂਟਲੀ ਪਿਆ ਔਰ ਜਿਹੜਾ ਨੌਦੀਪ ਵਾਲਾ ਵਾ ਉਹਦਾ ਵੀ ਹਸ਼ਰ ਇਸੇ ਤਰ੍ਹਾਂ ਹੀ ਹੋਣ ਵਾਲਾ। ਠੀਕ ਹੈ, ਤੁਹਾਨੂੰ ਅੱਗੇ ਫਿਊਚਰ 'ਚ ਨਹੀਂ ਲੱਗਦਾ ਗਾ ਕਿ ਭਵਿੱਖ ਵਿੱਚ ਇਹ ਕੇਸਾਂ ਦੇ ਵਿਚਾਲੇ ਕੋਈ ਇਹੋ ਜਿਹੇ ਸਬੂਤ ਅੱਗੇ ਰੱਖ ਦਿੱਤੇ ਜਾਣਗੇ ਜਾਂਚ ਏਜੰਸੀਆਂ ਵੱਲੋਂ ਕਿ ਅਦਾਲਤ ਨੂੰ ਮਜਬੂਰਨ ਆ ਜਿਹੜਾ ਆਪਦਾ ਫੈਸਲੇ ਪਲਟਣੇ ਪੈ ਜਾਣਗੇ ਜਿਸ ਤਰੀਕੇ ਨਾਲ ਅਦਾਲਤ ਨੇ ਟਿੱਪਣੀ ਕੀਤੀ ਹੈ, ਤੁਹਾਨੂੰ ਇਉਂ ਨਹੀਂ ਲੱਗਦਾ? ਕੇਪੀ ਸਿੰਘ ਜੀ ਇਨਵੈਸਟੀਗੇਸ਼ਨ ਜਾਰੀ ਆ ਅਜੇ ਅਜੇ ਜਿਹੜਾ ਵਾ ਹੋਰ ਵੀ ਉਹ ਕੁਛ ਲੱਭਣ ਕੋਸ਼ਿਸ਼ਾਂ ਜਿਹੜੀਆਂ ਉਹ ਕਰਨਗੇ। ਪਰ ਸਵਾਲ ਇਹ ਹੈ ਕਿ ਸਟੇਟ ਜੋ ਮਰਜ਼ੀ ਜਿਹੜੀਆਂ ਚੀਜ਼ਾਂ ਵਾ ਉਹ ਕੋਰਟ ਦੇ ਸਾਹਮਣੇ ਅਦਾਲਤ ਦੇ ਸਾਹਮਣੇ ਰੱਖ ਸਕੇ। ਪਰ ਸਵਾਲ ਇਹ ਹੈ ਕਿ ਉਹ ਸਬੂਤ ਜਿਹੜਾ ਕਿ ਉਹ ਐਵੀਡੈਂਸ ਜਿਹੜੀ ਆ ਜਿਹੜੇ ਉਹ ਦੋਸ਼ ਲਾ ਰਹੇ ਨੇ ਉਹਦੇ ਨਾਲ ਕਨੈਕਟ ਹੁੰਦੀ ਆ ਕਿ ਨਹੀਂ ਹੁੰਦੀ। ਠੀਕ ਠੀਕ ਜਿਹੜਾ ਇਸ ਆਰਡਰ ਦੇ ਵਿੱਚ ਅਟਕ ਕੀਤਾ ਕਿ ਕੀ ਟੂਲ ਕਿੱਟ ਜਾਂ ਇਹ ਦਿਸ਼ਾ ਦਾ ਜਿਹੜਾ ਹੈ ਕੋਈ ਸਿੱਧਾ ਸੰਪਰਕ ਜੋ ਰੈੱਡ ਫੋਲਟ ਤੇ ਹੋਇਆ ਲਾਲ ਕਿਲੇ ਤੇ ਹੋਇਆ ਕੀ ਉਹਦੇ ਨਾਲ ਤੁਸੀਂ ਜੋੜਦੇ ਹੋ? ਤਾਂ ਜਿਹੜਾ ਸਭ ਤੋਂ ਸਰਕਾਰੀ ਵੱਡਾ ਸਰਕਾਰੀ ਵਕੀਲ ਸੀ ਉਹਨੇ ਵੀ ਜਿਹੜਾ ਕਿਹਾ ਕਿ ਨਹੀਂ ਇਹਦਾ ਕੋਈ ਕਨੈਕਸ਼ਨ ਨਹੀਂ ਹੈ ਇਹ ਚੀਜ਼ ਜੱਜਮੈਂਟ ਦੇ ਵਿੱਚ ਮੈਂਸ਼ਨ ਵੀ ਹੈ ਇਹ ਲਿਓਣਗੇ ਕੜੀਆਂ ਜੁੜ ਗਈਆਂ ਕਿ ਔਰਤਾਂ ਨਿਸ਼ਾਨੇ ਤੇ ਹੋ ਗਈਆਂ ਜਾਂ ਇੱਕ ਜਿਵੇਂ ਟੂਲ ਕਿੱਟ ਵਾਲਾ ਮਾਮਲਾ ਬਣਾ ਕੇ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਤੇ ਔਰਤਾਂ ਨੂੰ ਨਿਸ਼ਾਨੇ ਤੇ ਲੈ ਲਿਆ ਗਿਆ, ਕਿਤੇ ਇਸ ਨਜ਼ਰੀਏ ਨਾਲ ਇਹਨੂੰ ਦੇਖਣਾ ਚਾਹੀਦਾ ਡਟਗਰ ਜਾਂ ਮੈਂ ਗਲਤ ਦੇਖ ਰਿਹਾ? ਨਹੀਂ ਇਹ ਕੋਈ ਜ਼ਰੂਰੀ ਨਹੀਂ ਵੀ ਕਿੰਨੀਆਂ ਔਰਤਾਂ ਕਰਕੇ ਇਹ ਲਿਆ ਗਿਆ, ਪਰ ਇਹਨਾਂ ਦਾ ਇੱਕ ਏਮ ਰਿਹਾ ਪਿੱਛੇ ਜੇ ਅਸੀਂ ਇਹਨਾਂ ਦਾ ਜਿਹੜੇ ਯੂਨੀਵਰਸਿਟੀਆਂ 'ਤੇ ਖਾਸ ਕਰਕੇ ਕੁੜੀਆਂ 'ਤੇ ਹਮਲੇ ਕਰੇ ਗਏ ਇਸੇ ਤਰ੍ਹਾਂ ਜਿਹੜੇ ਭੀਮਾ ਕੋਰੇਗਾਓਂ ਦੇ ਵਿੱਚ ਵੀ ਉਹ ਸੁਧਾ ਭਾਰਦਵਾਜ ਅਤੇ ਹੋਰ ਉਸ ਤਰ੍ਹਾਂ ਦਾ ਇਹਨਾਂ ਦਾ ਇੱਕ ਰਿਹਾ। ਪਹਿਲਾਂ ਸਟੇਟ ਕੋਸ਼ਿਸ਼ ਕਰਦੀ ਸੀ ਕਿ ਵੂਮੈਨ ਨੂੰ ਇਸ ਤਰੀਕੇ ਨਾਲ ਨਾ ਡੀਲ ਕਰਿਆ ਜਾਵੇ, ਉਹਦੇ ਨਾਲ ਥੋੜ੍ਹੀ ਜਿਹੀ ਇੱਜ਼ਤ ਮਹਿਸੂਸ ਕਰਦੀ ਸੀ ਵੀ ਬੁਰਾ ਲੱਗਦਾ ਇਹ। ਹਾਲਾਂਕਿ ਔਰਤਾਂ ਤਾਂ ਪਹਿਲਾਂ ਈਵਨ ਕ੍ਰਿਮੀਨਲ ਵੂਮੈਨ ਨੂੰ ਵੀ ਬਹੁਤੇ ਵਾਰੀ ਇੱਦਾਂ ਨਹੀਂ ਡੀਲ ਕਰਿਆ ਜਾਂਦਾ, ਪਰ ਇਹਨਾਂ ਨੇ ਕਿਉਂਕਿ ਇਹਨਾਂ ਦਾ ਔਰਤ ਪ੍ਰਤੀ ਤਾਂ ਕੋਈ ਇੱਜ਼ਤ ਹੈ ਨਹੀਂ, ਇਹ ਤਾਂ ਰੇਪਿਸ ਦੇ ਗਲ 'ਚ ਹਾਰ ਪਾਉਂਦੇ ਨੇ ਅਤੇ ਔਰਤ ਦਾ ਕਹਿੰਦੇ ਉਹਨੇ ਤਾਂ ਕੱਪੜੇ ਐਸੇ ਪਾਏ ਸੀ ਤਾਂ ਕਰਕੇ ਉਹਦਾ ਰੇਪ ਤਾਂ ਹੋਣਾ ਹੀ ਹੋਣਾ। ਜਦ ਇਹਨਾਂ ਦੇ ਵੱਡੇ ਲੀਡਰ ਜਿਹੜੇ ਚੁਣੇ ਹੋਏ ਨੇ ਜਿਹੜੇ ਸਰਕਾਰ ਦੇ ਮੰਤਰੀ ਤੱਕ ਬਣ ਜਾਂਦੇ ਨੇ ਉਹ ਜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਉਹ ਤੋਂ ਇਹ ਤੁਹਾਡਿਆਂ ਦੀ ਸਟੇਟਮੈਂਟ ਜਾਇਜ਼ ਠਹਿਰਾਈ ਜਾਂਦੀ ਹੈ ਕਿ ਇਹ ਔਰਤਾਂ ਦੇ ਉੱਤੇ ਵੀ ਅਟੈਕ ਕਰ ਰਹੇ ਨੇ ਔਰ ਕੈਲਕੂਲੇਟਡ ਕਰ ਰਹੇ ਨੇ। ਕੈਲਕੂਲੇਟਡ ਪ੍ਰੋਫੈਸਰ ਨਾਥ ਸਿੰਘ, ਸਰ ਇਹ ਕੈਲਕੂਲੇਸ਼ਨ ਜਿਹੜੀ ਸਰਕਾਰ ਨੇ ਕੀਤੀ ਹੈ ਹੁਣ ਤੀਕਰ, ਇਹ ਸਵਾਲ ਬੜਾ ਸਰ ਜਰਨਲਾਈਜ਼ ਜਾਂ ਤੁਹਾਨੂੰ ਲੱਗੂਗਾ ਪਰ ਇਹ ਸਵਾਲ ਬੜਾ ਮਹੱਤਵਪੂਰਨ ਹੈ ਪ੍ਰੋਫੈਸਰ ਨਾਥ ਸਿੰਘ, ਜਿਹੜੀ ਸਰਕਾਰ ਨੇ ਹੁਣ ਤੱਕ ਕੈਲਕੂਲੇਸ਼ਨ ਕੀਤੀ ਸੀ ਉਸ ਕੈਲਕੂਲੇਸ਼ਨ ਦੇ ਵਿਚਾਲੇ 26 ਵਾਲੇ ਐਪੀਸੋਡ ਨੂੰ ਜੇ ਮੈਂ ਪਾਸੇ ਰੱਖ ਦਵਾਂ, ਸਰਕਾਰ ਦੀ ਕਿਹੜੀ ਕੈਲਕੂਲੇਸ਼ਨ ਸਫਲ ਹੋਈ ਹੈ ਸਰ ਹੁਣ ਤੱਕ ਪ੍ਰੋਫੈਸਰ ਨਾਥ ਸਿੰਘ? ਦੇਖੋ ਸਰਕਾਰ ਦੀ ਕੈਲਕੂਲੇਸ਼ਨ ਸਫਲ ਨਹੀਂ ਹੋਈ ਪਰ ਸਰਕਾਰ ਆਲ ਆਊਟ ਗਈ ਹੈ ਕਨਫਿਊਜ਼ਨ ਕ੍ਰੀਏਟ ਕਰਨ ਲਈ। ਇੱਕ ਪੁਆਇੰਟ ਮੈਂ ਬਾਰ ਬਾਰ ਕਹਿ ਰਿਹਾ ਬਈ, ਇੱਕ ਤਾਂ ਪ੍ਰੋਜੈਕਸ਼ਨ ਇੱਕ ਕਨਫਿਊਜ਼ਨ ਇੰਨੀ ਕਰ ਦਿਓ, ਜੇ ਨੌਦੀਪ ਦੀ ਗੱਲ ਹੈ ਤਾਂ ਨੌਦੀਪ 'ਤੇ ਕੇਸ ਕੀ ਪਾਇਆ? ਐਕਸਟੋਰਸ਼ਨ। ਉਹ ਬੱਚੀ ਜਿਹੜੀ ਕਿ ਚਲੋ ਅਸੀਂ ਮੰਨ ਲੈਂਦੇ ਹਾਂ ਕਿ ਉਹ ਕਿਸੇ ਟ੍ਰੇਡ ਯੂਨੀਅਨ ਦੀ ਮੈਂਬਰ ਹੈ, ਉਹਦੇ 'ਤੇ ਐਕਸਟੋਰਸ਼ਨ, ਉਹਨੂੰ ਇਹ ਕਿਹਾ ਜਾਣਾ ਕਿ ਇਹਨੇ ਤੁਸੀਂ ਕੁੱਟਿਆ ਜਾਂ ਕੁੱਟਮਾਰ ਕੀਤੀ ਕਿਹਦੇ ਨਾਲ? ਜਿਹੜਾ ਜਿਹੜਾ ਗਾਰਡ ਹੈ, ਜਿਹੜਾ ਵਾਚ ਐਂਡ ਵਾਰਡ ਸਟਾਫ ਹੈ। ਔਰ ਜਿਹੜੀ ਦਿਸ਼ਾ ਰਵੀ ਦੀ ਅਸੀਂ ਗੱਲ ਕਰਦੇ ਹਾਂ ਨਾ, ਦਿਸ਼ਾ ਰਵੀ ਦੀ ਗੱਲ ਬਹੁਤ ਸਿੱਧੀ ਹੈ, ਟੂਲ ਕਿੱਟ ਵਰਡ ਉਹਦੀ ਕੰਪਨੀ 'ਚ ਵੀ ਆਉਂਦਾ ਸੀ ਔਰ ਉਹਦਾ ਕੀ ਹੈ ਸਿਰਫ ਦੋ ਲਾਈਨਾਂ ਨੂੰ ਐਡਿਟ ਕੀਤਾ ਕਿ ਉਹਨੂੰ ਬਣਾਇਆ ਕੀ। ਉਹਨੇ ਇੱਕ ਵਰਡ ਬਹੁਤ ਸੋਹਣਾ ਕਿਹਾ ਸੀ ਕਿ ਜੇ ਸਿਰਫ ਇੰਨਾ ਕਿਹਾ ਕਿ ਜੇ ਕਿਸਾਨਾਂ ਦੇ ਮੁੱਦੇ ਨੂੰ ਇੰਟਰਨੈਸ਼ਨਲਾਈਜ਼ ਕਰਨਾ ਸਡੀਸ਼ਨ ਹੈ ਤਾਂ ਮੈਂ ਜੇਲ੍ਹ ਵਿੱਚ ਚੰਗੀ ਹਾਂ, ਇਹ ਸਾਰਾ ਕੁਛ ਕਹਿੰਦਾ। ਤੁਹਾਡੀ ਗੱਲ ਦਾ ਜਵਾਬ ਬਹੁਤ ਸਿੱਧਾ ਹੈ ਕਿ ਜਨਾਬ ਸਰਕਾਰ ਦੀ ਮਨਸ਼ਾ ਜਿਹੜੀ ਹੈ ਉਹ ਕਿਤੇ ਪੂਰੀ ਨਹੀਂ ਹੋ ਰਹੀ, ਇਸ ਲਈ ਹੋਰ ਕਨਫਿਊਜ਼ਨ। ਮੈਨੂੰ ਦੋ ਕੁ ਲਾਈਨਾਂ ਹੋਰ ਕਹਿਣ ਦਿਓ ਜਿਹੜੀਆਂ ਜ਼ਬਰ ਦੇ ਨਾਲ ਨੇ ਔਰ ਜਿਹੜੀਆਂ ਇਹਦੇ ਨਾਲ ਡਾਇਰੈਕਟਲੀ ਕਨੈਕਟਡ ਜੀ। ਇੱਕ ਰਸਤਾ ਜੀ ਦਿੱਲੀ ਤੋਂ ਗਾਜ਼ੀਆਬਾਦ ਬਿਲਕੁਲ ਸਿੱਧਾ ਰੂਟ ਜਾਂਦਾ ਸੀ, ਹੁਣ ਵੀ ਜਾ ਸਕਦਾ,
ਉਹਨੂੰ ਬੰਦ ਕਰ ਲਿਆ ਉਹਦੇ ਲਈ ਕੋਈ ਜਸਟੀਫਿਕੇਸ਼ਨ ਨਹੀਂ। ਮੈਂ ਇਹਦਾ ਜਵਾਬ ਦਿਆਂਗਾ, ਜਿਹੜਾ ਗਾਜ਼ੀਆਬਾਦ ਤੋਂ ਦਿੱਲੀ ਆਉਂਦਾ ਸੀ ਉਹਨੂੰ ਵੀ ਤੁਸੀਂ ਇੱਕ ਰੋਡ ਖਾਲੀ ਕਰਵਾਉਣੀ ਸੀ, ਤੁਹਾਡਾ ਰਸਤਾ ਥਰੂ ਹੋ ਸਕਦਾ ਸੀ, ਉਹਨਾਂ ਨੂੰ ਬੰਦ ਕਰਕੇ ਉੱਥੇ ਕਿੱਲ ਗੱਡੇ। ਹੁਣ ਪ੍ਰੋਬਲਮ ਕੀ ਹੋ ਰਹੀ ਹੈ, 6-6 ਘੰਟੇ ਦੇ ਜੈਮ ਨੇ ਜੀ, ਦੋਨੋਂ ਇੱਕੋ ਥਾਂ ਤੋਂ ਕੱਢ ਰਹੇ ਤਾਂ ਕਿ ਲੋਕ ਜਿਹੜੇ ਨੇ ਉਹ ਕਿਸਾਨਾਂ ਖਿਲਾਫ ਆਵਾਜ਼ ਉਠਾਉਣ ਅਤੇ ਇਹ ਆਵਾਜ਼ਾਂ ਉੱਠਣੀਆਂ ਜਿਹੜੀ ਲੋਕ ਰਹਿੰਦੇ ਨੇ ਆਪਣੇ ਹਾਊਸਿੰਗ ਕਾਲਨੀ ਦੇ ਵਿੱਚ, ਉਹਨਾਂ ਦੇ ਵਿੱਚ ਗਰੁੱਪ ਬਣਾ ਕੇ ਤੁਸੀਂ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਤੁਹਾਡੇ ਨਾਲ ਸਹਿਮਤ ਹਾਂ ਜਦੋਂ ਤੁਸੀਂ ਕਹਿੰਦੇ ਹੋ ਸਰਕਾਰ ਦੀ ਮਨਸ਼ਾ ਤੁਹਾਨੂੰ ਇੱਕ ਮੋੜ ਦੇਣ ਦੀ ਸੀ ਜਿਹਦੇ ਵਿੱਚ ਜਿਹੜੇ ਓਰਿਜਿਨਲ ਪੁਆਇੰਟ ਨੇ 3 ਕਾਲੇ ਕਾਨੂੰਨ ਉਹਨਾਂ ਤੋਂ ਵੱਖਰਾ ਤੁਹਾਡਾ ਉਹਨਾਂ ਤੋਂ ਵੱਖਰਾ ਲਿਜਾਇਆ ਜਾਵੇ। ਤੁਸੀਂ ਬੜਾ ਇੰਪੋਰਟੈਂਟ ਪੁਆਇੰਟ ਤੁਸੀਂ ਗਿਣਾਇਆ ਸਰ, ਵੀ ਰਸਤੇ ਜਿਹੜੇ ਜਾਣਬੁੱਝ ਕੇ ਬੰਦ ਕੀਤੇ ਜਾ ਰਹੇ ਆ ਅਤੇ ਇੱਕ ਮਾਹੌਲ ਇਹੋ ਜਿਹਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਲੋਕ ਕਿਸਾਨਾਂ ਦੇ ਖਿਲਾਫ਼ ਹੋ ਜਾਣ ਅਤੇ ਜਿਹੜੇ ਆ ਰਾਸ਼ਟਰਪਤੀ ਨੂੰ ਮੰਗ ਪੱਤਰ ਆ ਉਹਦੇ ਵਿੱਚ ਵੀ ਇਹ ਪੁਆਇੰਟ ਉਠਾਇਆ ਗਿਆ। ਵਾਪਸ ਆ ਰਹੇ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆ ਕੇ ਹੋਰ ਸਵਾਲ ਹੋਣਗੇ ਜ਼ਰੂਰ, ਕਿਉਂਕਿ ਇਹਨਾਂ ਸਵਾਲਾਂ ਦੇ ਵਿਚਾਲੇ ਤੁਹਾਡੇ ਜਵਾਬ ਲੁਕੇ ਹੋਏ ਆ ਅਤੇ ਤੁਹਾਡੇ ਜਵਾਬ ਤੁਹਾਨੂੰ ਮਿਲਣੇ ਚਾਹੀਦੇ ਆ, ਕਿਉਂਕਿ ਤੁਸੀਂ ਜਵਾਬ ਮੰਗਦੇ ਪਏ ਖੇਤੀ ਕਾਨੂੰਨਾਂ 'ਤੇ, ਤੁਹਾਨੂੰ ਜਵਾਬ ਦਿੱਤੇ ਜਾ ਰਹੇ ਆ ਜਬਰ ਵਾਲੇ। ਉਹ ਇੱਕ ਮੁੱਦਾ ਹੈ ਪਰ ਇਸ ਮੁੱਦੇ ਨੂੰ ਜਿਸ ਤਰੀਕੇ ਨਾਲ ਤੁਹਾਡੇ ਅੱਗੇ ਰੱਖਿਆ ਜਾ ਰਿਹਾ, ਜਿਵੇਂ ਪ੍ਰੈਸ ਅਵਿਨਾਸ਼ ਕਹਿ ਰਿਹਾ ਕਿ ਕਨਫਿਊਜ਼ ਕਰਨ ਦੀ ਕੋਸ਼ਿਸ਼ ਹੈਗੀ ਆ, ਕਨਫਿਊਜ਼ ਅਸੀਂ ਨਹੀਂ ਹੋਣ ਦੇਵਾਂਗੇ, ਤੁਹਾਨੂੰ ਸਭ ਕੁਝ ਦੱਸਾਂਗੇ ਅਸਲ ਵਿੱਚ ਮੁੱਦਾ ਹੈ ਕੀ ਹੈ ਅਤੇ ਕਨਫਿਊਜ਼ਨ ਹੈ ਕੀ ਹੈ। ਵਾਪਸ ਆ ਰਹੇ, ਵੱਡਾ ਸਵਾਲ ਇੱਕੋ ਪੁੱਛ ਰਹੇ ਹਾਂ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਜਬਰ ਕਰਕੇ ਕਿਸਾਨਾਂ ਦੇ ਸੰਘਰਸ਼ ਨੂੰ ਲੀਹ ਤਲਾਉਣ 'ਚ ਸਿਆਸਤ ਕਾਮਯਾਬ ਤਾਂ ਨਹੀਂ ਹੋ ਗਈ। ਡਾਕਟਰ ਗਰਗ ਸਰ, ਤੁਸੀਂ ਵੀ ਕੁਝ ਮੰਗ ਪੱਤਰ ਲਿਖਿਆ ਸਰ ਰਾਸ਼ਟਰਪਤੀ ਨੂੰ? ਹਾਂਜੀ, ਮੈਂ ਬਾਕਾਇਦਾ ਈਮੇਲ ਕਰੀ ਹੈ ਤੇ ਉਹਦੇ ਵਿੱਚ ਰਾਸ਼ਟਰਪਤੀ ਜੀ ਨੂੰ ਵੀ ਭੇਜੀ ਹੈ, ਉਹਨਾਂ ਨੂੰ ਤਾਂ ਐਡਰੈਸ ਕਰੀਏ, ਇੱਕ ਤਾਂ ਇੱਕ ਮੈਂ ਸੀਐਮ ਪੰਜਾਬ ਨੂੰ ਵੀ ਕਰੀਏ, ਇੱਕ ਚੀਫ ਸੈਕਟਰੀ ਪੰਜਾਬ ਨੂੰ ਕਰੀਏ। ਸੀਐਮ ਪੰਜਾਬ ਤੇ ਚੀਫ ਸੈਕਟਰੀ ਨੂੰ ਲਿਖਿਆ ਹੈ, ਚੀਫ ਸੈਕਟਰੀ ਨੂੰ ਲਿਖਿਆ ਕਿ ਤੁਸੀਂ ਕੈਬਨਿਟ ਸੈਕਟਰੀ ਨੂੰ ਲਿਖੋ, ਹੋਮ ਸੈਕਟਰੀ ਨੂੰ ਲਿਖੋ, ਵੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਇਹ ਲਾਅ ਐਂਡ ਆਰਡਰ ਦੇ ਨਾਲ ਕੰਮ ਕਰੇ, ਨਾ ਕਿ ਲੋਕਾਂ ਦੇ ਉੱਤੇ ਜਬਰ ਕਰੇ। ਇਸੇ ਤਰ੍ਹਾਂ ਮੈਂ ਪੰਜਾਬ ਸੀਐਮ ਨੂੰ ਲਿਖਿਆ, ਤੁਸੀਂ ਇੱਕ ਸਟੇਟ ਦੇ ਯੂਨੀਅਨ ਆਫ ਇੰਡੀਆ ਦੇ ਵਿੱਚ ਇੱਕ ਸਟੇਟ ਦੇ ਮੁਖੀ ਹੋ, ਤੁਸੀਂ ਉਹਦੇ ਮੁਖੀ ਦੇ ਤੌਰ 'ਤੇ, ਮੁੱਖ ਮੰਤਰੀ ਦੇ ਤੌਰ 'ਤੇ ਪ੍ਰੈਜੀਡੈਂਟ ਆਫ ਇੰਡੀਆ ਨੂੰ ਲਿਖੋ ਕਿ ਜਬਰ ਨੂੰ ਬੰਦ ਕਰੇ, ਕਿਉਂਕਿ ਪ੍ਰੈਜੀਡੈਂਟ ਆਫ ਇੰਡੀਆ ਜਿਹੜਾ ਉਹ ਭਾਰਤ ਦਾ ਮੁਖੀ ਹੈ, ਉਹ ਜਿਹੜਾ ਹੈਗਾ ਜੇ ਅਸੀਂ ਆਪਣੇ ਬਾਠ ਸਾਹਿਬ ਜ਼ਿਆਦਾ ਜਾਂਦੇ ਹਾਂ ਤਾਂ ਸੰਵਿਧਾਨ ਦੇ ਅਨੁਸਾਰ ਉਹ ਨੇ ਹੈੱਡ ਆਫ ਦੀ ਸਟੇਟ। ਸੋ ਹੈੱਡ ਆਫ ਦੀ ਸਟੇਟ ਨੂੰ ਲਿਖੋ ਤੁਸੀਂ ਇੱਕ ਯੂਨੀਅਨ ਦੇ ਹਿੱਸੇ ਹੋ ਕਿ ਵੀ ਇਹ ਬੰਦ ਕਰੋ। ਅਤੇ ਰਾਸ਼ਟਰਪਤੀ ਜੀ ਨੂੰ ਲਿਖਿਆ ਵੀ ਬੋਲਣ ਦੀ ਆਜ਼ਾਦੀ ਹੈ, ਇਹ ਤਾਂ ਸਾਰੀ ਆਜ਼ਾਦੀਆਂ ਦੇ ਉੱਤੇ ਕਰ ਬਣਾ ਕੇ ਜਿਹੜੀ ਡਿਸੈਂਟ ਹੈ, ਡਿਸੈਂਟ ਤੋਂ ਬਗੈਰ ਕੋਈ ਡੈਮੋਕ੍ਰੇਸੀ ਨਹੀਂ ਰਹਿ ਸਕਦੀ। ਇਹ ਡਿਸੈਂਟ ਨੂੰ ਵੀ ਉਹ ਕਰ ਰਹੇ ਨੇ, ਹਿਊਮਨ ਰਾਈਟ ਵੀ ਖਤਮ ਕਰ ਰਹੇ ਨੇ, ਡੈਮੋ ਸਾਡੇ ਦੇਸ਼ ਦੀ ਜਿੱਦਾਂ ਦਾ ਇਹ ਕੰਮ ਕਰ ਰਹੇ ਨੇ ਉਹਦੇ ਨਾਲ ਦੇਸ਼ ਦੀ ਸੋਵਰਨਟੀ ਨੂੰ ਵੀ ਖਤਰਾ ਪੈਦਾ ਹੋ ਜਾਏਗਾ। ਸੋ ਇਸ ਕਰਕੇ ਇਹਨਾਂ ਨੂੰ ਬੰਦ ਕਰੋ। ਅਤੇ ਬਾਕੀ ਨਾਲ ਇਹ ਵੀ ਲਿਖਿਆ ਵੀ 3 ਕਾਨੂੰਨ ਵਾਪਸ ਲੈ ਕੇ MSP ਇਨਸ਼ੋਰ ਕਰਕੇ ਇੱਥੋਂ ਦੇ ਰੁਜ਼ਗਾਰ ਨੂੰ, ਇੱਥੋਂ ਦੇ ਕਿਸਾਨ ਨੂੰ, ਇੱਥੋਂ ਦੇ ਲੋਕਾਂ ਦੀ ਫੂਡ ਦੀਆਂ ਨੀਡਸ ਨੂੰ ਪੂਰੀਆਂ ਕਰਨ ਵਾਸਤੇ ਸਰਕਾਰ ਨੂੰ ਕਹੋ। ਪ੍ਰਸਵ ਨਾਥ ਸਿੰਘ ਸਰ, ਮੈਂ ਇੱਕ ਚੀਜ਼ ਤੁਹਾਡੇ ਜ਼ਰੂਰ ਸਮਝ ਚਾਹੁੰਦਾ, ਤੁਸੀਂ ਬੜੀ ਥਾਵਾਂ 'ਤੇ ਘੁੰਮਦੇ ਵੀ ਹੋ, ਬੜੀ ਤੁਸੀਂ ਰਿਪੋਰਟਿੰਗ ਵੀ ਕੀਤੀ ਹੈ, ਤੁਸੀਂ ਅੱਜ ਮੈਂ ਤੁਹਾਡੀ ਉਮਰ ਨਹੀਂ ਪੁੱਛ ਰਿਹਾ ਸਰ ਉਮਰ ਕਿੰਨੀ ਹੈਗੀ ਤੁਹਾਡੀ, ਪਰ ਤੁਸੀਂ ਸਰ ਅੱਜ ਵੀ ਬਹੁਤ ਘੁੰਮਦੇ ਹੋ। ਪ੍ਰਸਵ ਵਿਨਾਸ਼, ਕਿਤੇ ਤੁਹਾਨੂੰ ਇਹ ਲੱਗਦਾ ਕਿ ਦੇਸ਼ ਦੀ ਜਨਤਾ ਦੇ ਵਿੱਚ ਕੋਈ ਡਰ ਦਾ ਮਾਹੌਲ ਹੈ, ਜਿਹੜੀ ਜਬਰ ਦੇ ਵਿਰੁੱਧ ਜੋ ਕੋਈ ਆਵਾਜ਼ ਚੁੱਕਦਾ, ਜਾਂ ਕੋਈ ਵੈਸੇ ਹੀ ਕਹਿ ਦੇਵੇ ਸਰ ਕਿ ਸਰਕਾਰ ਇੱਦਾਂ ਨਹੀਂ ਕੰਮ ਕਰਨਾ ਚਾਹੀਦਾ, ਸਰਕਾਰ ਨੂੰ ਇੱਦਾਂ ਕਰਨਾ ਚਾਹੀਦਾ, ਸਰ ਉਦੋਂ ਵੀ ਲੋਕ ਡਰਨ ਲੱਗ ਪਏ ਆ, ਟਵੀਟ ਕਰਨ ਲੱਗਿਆ ਡਰਨ ਲੱਗ ਪਿਆ। ਪ੍ਰਸਵ ਵਿਨਾਸ਼ ਸਿੰਘ, ਤੁਹਾਨੂੰ ਇਹ ਡਰ ਜਾਪਿਆ ਕਿਤੇ ਸਰ? ਮੇਰੇ ਆਸ ਪਾਸ ਸਰ ਮੈਨੂੰ ਜਾਪਿਆ ਇਹ ਡਰ ਰੋਜ਼ ਜਾਪਦਾ ਜੀ। ਜਦੋਂ ਇੱਕ ਮੇਰੀ ਫੇਸਬੁੱਕ ਪੋਸਟ 'ਤੇ ਕਈ ਵਾਰੀ 60-70 ਟਰੋਲਸ ਆਉਂਦੇ ਨੇ ਔਰ ਬੰਦੇ ਤੁਹਾਨੂੰ ਉਸ ਤੋਂ ਬਾਅਦ ਗਾਲਾਂ ਕੱਢਦੇ ਨੇ, ਉਸ ਤੋਂ ਬਾਅਦ ਫੋਨ 'ਤੇ ਆਉਂਦੇ ਨੇ। ਮੈਂ ਜਿਸ ਸੁਸਾਇਟੀ ਵਿੱਚ ਰਹਿ ਰਿਹਾ ਉਸ ਸੁਸਾਇਟੀ ਦਾ ਜਿਹੜਾ ਗਰੁੱਪ ਹੁੰਦਾ ਹੈ ਉਹ ਸਵੇਰੇ ਸਵੇਰੇ ਕੋਸ਼ਿਸ਼ ਕਰਦੇ ਹੈ ਕਿ ਤੁਹਾਨੂੰ ਕਿੱਦਾਂ ਉਕਸਾਇਆ ਜਾਏ, ਔਰ ਮੇਰੀ ਵਾਈਫ ਦਾ ਸਾਰਾ ਟਾਈਮ ਇੱਕ ਪਾਸੇ ਹੁੰਦਾ ਬਈ ਇਹ ਕਿਤੇ ਆ ਗਰੁੱਪ ਦੀ ਕੋਈ ਮੈਸੇਜ ਨਾ ਦੇਖ ਲੈਣ ਅਤੇ ਉਹਦਾ ਜਵਾਬ ਨਾ ਦੇ ਦੇਣ। ਸੋ ਗੱਲ ਬਹੁਤ ਸਿੱਧੀ ਹੈ, ਪ੍ਰੈਸ਼ਰ ਇੱਕ ਪਾਸੇ ਪ੍ਰੈਸ਼ਰ ਹੈ, ਦੂਜੇ ਪਾਸੇ ਮੈਂ ਕੁਛ ਹੋਰ ਕਹਿਣਾ ਚਾਹੁੰਦਾ। ਜਿਹੜੀ ਚੀਜ਼ ਨਾ ਅੱਜ ਜੋ ਹੋ ਰਿਹਾ KP ਸਿੰਘ ਸਾਹਿਬ, ਜੇ 79 ਤੋਂ 83 ਵਾਲਾ ਪੰਜਾਬ ਦੇਖ ਲਓ ਤਾਂ ਕੁਛ ਤਰੀਕੇ ਜਿਹੜੇ ਆ, ਕੁਛ ਗੱਲਾਂ ਇਹੋ ਜਿਹੀਆਂ ਕੀਤੀਆਂ ਜਾ ਰਹੀਆਂ ਜਿਹੜੀਆਂ ਸਾਨੂੰ ਕਿਤੇ ਦੁਬਾਰਾ ਉਸ ਕਾਲੇ ਯੁੱਗ ਵੱਲ ਲੈ ਜਾਣ। ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ, ਔਰ ਇਹ ਚੀਜ਼ਾਂ ਜਬਰ ਜ਼ੁਲਮ, ਮੈਂ ਅੱਜ ਦੀ ਸਿਰਫ ਕਹਾਣੀ ਦੱਸਦਾ, ਮੈਂ ਅੱਜ ਸਾਰਾ ਦਿਨ ਗਾਜ਼ੀਪੁਰ ਸੀ। ਗਾਜ਼ੀਪੁਰ ਦੇ ਵਿੱਚ ਇੱਕ ਪਾਸੇ ਡਰ ਨਾਲ ਕੁਛ ਬੰਦੇ ਕੱਟੇ ਆ, ਲੇਕਿਨ ਗਾਜ਼ੀਪੁਰ 'ਚ ਅੱਜ ਕੀ ਦੇਖਿਆ,
कि एक बहुत वड्डा स्टेज जिहड़ा कि जिहदे विच पक्खे लगणगे, जिहदे विच कूलर और एसी फिट होणगे, जिहदे च किसे वेले भी 700 बंदा हमेशा बैठ सकदा है। सो उहदे लई अज फिर एडमिनिस्ट्रेशन उत्थे आ के पुछगिछ कर रही सी बई ये क्यों हो रहा है, लेकिन अज पानी मिल रहा सी, अज होर चीज़ां एडमिनिस्ट्रेशन वालों आ रही सी, अज पुलिस तुहाडे नाल गलबात कर रही सी, ये जिहड़ा एक चेंजिंग सिचुएशन है ये तुहानू कदे कदे डरांदी भी है। डर बहुत सत्ता जी, क्योंकि कदे भी किसे नू चुक लिया जांदा। मैं अजीत अंजुम दे कोल रहना जी, अजीत अंजुम नू दिन दे विच कम से कम 5 वारी इन्नी बुरी तरह ट्रोल किया जाता है। जे वो पत्रकार दिल वाला है तो अपना काम कर रहे जी, असी दोनों एको सोसाइटी च इकट्ठे रहने। ठीक है, चलो उन्होंने भी सलाम है जी, अजीत अंजुम हरा जिन्हें तुम जिक्र किया, प्रेस अविनाश सिंह तुम्हें भी सलाम है। बाट साहब, जो दिल्ली की सैशन कोर्ट एक टिप्पणी करती है कि तुम ये जो नोट्स है जो ना भेजो, जो दिल्ली हाई कोर्ट के स्टेटस दिता जाता दिल्ली पुलिस वालों, बाट साहब जो दिल्ली पुलिस ज कोई भी पुलिस, मैं पूरे देश की किसी भी सूबे की पुलिस का जिक्र कर रहा, जो सर हाई कोर्ट में पेश होंगी है, जो स्टेटस सपोर्ट रखती है भी असी 26 जनवरी वाले केस चाह कर रहे हैं, असी इस केस चाह कर रहे हैं, सर हाई कोर्ट तो झाड़ता उन्होंने डर नहीं लगता सर? बाट साहब तुम तो उत्थे रहने हो। देखो जी, मैं इस तुहाडे जिहड़ा स्पेसिफिक सवाल है ना, इस तो पहला जिहड़ा तुहाडा सवाल सी ना, मैं उहदे बारे जरूर कुछ ऐड करना चाहांगा। जिहड़ा तुसीं कहा कि इह जिहड़ा रिप्रेशन हो रहा, इह जिहड़ियां चीज़ां हो रही उहदे नाल जिहड़ा वा लोकी डरदे तां नहीं, तुसीं बड़ा फेयरली तुसीं कहा कि मेरे आले दुआले तां कुछ डर जिहड़ा वा उह पैदा हुंदा। इह देखो, इह कुदरती चीज़ है, चाहे अंग्रेजां वेले सी उदों भी लोकां नूं जिहड़ा काले पाणी सुट के फाए ला के करके एक जिहड़ा टैरर क्रिएट करन दी कोशिश, आजाद इंडिया जदों होया उहदे विच सी। जे असीं आ पिछे JNU वेख लईए, जिहड़ा एक डाइसेंट दा एक सेंटर सी, उहदे विच एमरजेंसी वेले भी JNU दी लीडरशिप, स्टूडेंट लीडरशिप फड़ी गई, कन्हैया कुमार ते उहदे दोस्तां नूं भी फड़िया गया, उह जिहड़े नारे लाउण वाले अजे नहीं फड़े गए, जिहड़ी उत्थे कोच सी जिहड़ी दुबारा प्रेजिडेंट सी JNU दी, उहदे ते जा के बाहरों लोकां ने अटैक कीता, ਉਹ ਬੰਦੇ ਅਜੇ ਜਿਹੜੇ ਉਹ ਨਹੀਂ ਫੜੇ ਗਏ। ਇਸੇ ਤਰ੍ਹਾਂ ਦੇ ਨਾਲ ਪੂਰੇ ਇੰਡੀਆ ਦੇ ਵਿੱਚ ਇੱਕ ਜਿਹੜੀ ਕੋਸ਼ਿਸ਼ ਹੈ, ਚਾਹੇ ਦਿੱਤਾ ਦੇ ਰਹੀ ਹੋਵੇ ਲੜਕੀ ਦਾ ਕਰਕੇ, ਚਾਹੇ ਬਾਕੀ ਹੋਰ ਹੋਣ, ਚਾਹੇ ਭਾਰਤਵਾਜ ਵਰਗੇ ਉਹਨਾਂ ਨੂੰ ਅੰਦਰ ਸੁੱਟਿਆ ਹੋਵੇ, ਇੱਕ ਕੋਸ਼ਿਸ਼ ਜਿਹੜੀ ਆ ਨੋਰਮਲੀ ਜਿਹੜੀ ਆ ਕੋਈ ਵੀ ਸਟੇਟ ਹੋਵੇ ਉਹ ਇੱਕ ਟੈਰਰ ਕ੍ਰੀਏਟ ਦੀ ਕੋਸ਼ਿਸ਼ ਕਰਦੀ ਹੈ। ਪਰ ਇਸ ਮੂਵਮੈਂਟ ਦੇ ਵਿੱਚ ਜਿਹੜਾ ਉੱਕਾ ਦੁੱਕਾ ਹੋ, ਵੀ ਆਰ ਹਿਊਮਨ ਬੀਇੰਗਸ, नेचुरली जिहड़े परिवार वाले आ, छोटे बच्चे पालने आ, ये वो बड़िया कंपल्शन जिहड़ियां है, ये किते ना किते असर होंदा। पर ओवरऑल मेजोरिटी जे असीं देखिए जदों तों मूवमेंट शुरू हुई है वो डट के खड़े ने और वध रहे ने, होर लोग वध रहे ने बिना इस किसे दी परवाह कीते कि इहदा रिजल्ट की होया। हाँ, तुहाडा सवाल जिहड़ा कि की जिहड़ी है ये पुलिस वाले डरते नहीं है ना, पुलिस वाले बिल्कुल नहीं डरते हैं, इन्हां नूं चाहे झाड़ा पै जाण, चाहे इन्हों के उत्ते जिहड़े स्ट्रक्चर पास करे जाण, इन्हों का अपना काम इन्हों ने जिहड़ा है, जो साड़ी पुलिस का सिस्टम है, अनफॉर्चुनेटली साड़े जिहड़े इंडियन पैनल कोड है, साड़े जिहड़े क्रिमिनल प्रोसीजर कोड है, जिहड़े साड़े मोस्ट क्रिमिनल लॉ आ, असी अंग्रेजों तो जिहड़े आ उधारे लए, उही जिहड़े आ वह अजे तक चल रहे। जिहड़ा पुलिस का सिस्टम ही साडा जिहड़ा पूरा वा, वह लोगों की जिहड़ी वैलफेयर स्टेट के वल नहीं है, ਲੋਕਾਂ ਦੇ ਜਿਹੜੇ ਹੱਕ ਬਚਾਉਣ ਦੇ ਲਈ, ਲੋਕਾਂ ਦੀ ਮਦਦ ਕਰਨ ਦੇ ਲਈ ਨਹੀਂ, ਬਲਕਿ ਉਹਨਾਂ ਨੂੰ ਕੁੱਟਣ ਦਾ ਸਿਖਾਇਆ। ਸਭ ਤੋਂ ਪਹਿਲਾਂ ਟ੍ਰੇਨਿੰਗ ਇਹ ਦਿੱਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਕੁੱਟ ਕੇ ਕਿਸੇ ਨੂੰ ਜਿਹੜਾ ਵਾ ਉਹ ਐਡਮਿਸ਼ਨ ਕਰਾਉਣਾ, ਉਹਦਾ ਜਿਹੜਾ ਇਕਬਾਲ ਕਿਵੇਂ ਜਿਹੜਾ ਵਾ ਉਹ ਕਰਾਉਣਾ ਕਿ ਹਾਂ ਮੈਂ ਇਹ ਕੀਤਾ। ਇਹ ਆਪਾਂ ਪਿੱਛੇ ਕਿੰਨੇ ਵੀ ਜਿਹੜੇ ਆ ਨਾਵਲ, ਇੱਕ ਲੁਧਿਆਣੇ ਦੇ ਸਾਡੇ ਜਿਹੜੇ ਪਬਲਿਕ ਪ੍ਰੋਸੀਕਿਊਟਰ ਰਹੇ ਨੇ ਉਹਨਾਂ ਨੇ ਲਿਖੇ ਨੇ ਕਿ ਪੁਲਿਸ ਦਾ ਤਰੀਕਾ ਕੀ ਹੈ। ਕਈ ਵਾਰ ਜਿਉਂਦੇ ਬੰਦੇ ਜਿਹੜਾ ਵਾ ਉਹ ਮਾਰ ਕੇ ਦੱਸ ਦਿੰਦੇ ਆ ਕਿ ਇਹ ਕਤਲ ਕੀਤਾ, ਉਹਨੂੰ ਸਜ਼ਾ ਵੀ ਮਿਲ ਜਾਂਦੀ ਹੈ, ਉਹ ਬੰਦਾ ਜਿਹੜਾ ਬਾਅਦ ਦੇ ਵਿੱਚ ਲੱਭਦਾ। ਇਹ ਸਿਸਟਮ ਜਿਹੜਾ ਵਾ ਇਹ ਸਾਡਾ ਪੂਰੀ ਪੁਲਿਸ ਦਾ, ਜਿੱਦਾਂ ਚਿਰ ਤੱਕ ਇਹਦੀ ਟ੍ਰੇਨਿੰਗ, ਇਹਦੀ ਸਾਇੰਟੀਫਿਕ ਟ੍ਰੇਨਿੰਗ, ਇਹਦੇ 'ਚ ਹਿਊਮੈਨਟੇਰੀਅਨ, ਮਨੁੱਖਤਾ ਦੀ ਜਿਹੜੀ ਹੈ ਉਹ ਜੋ ਜੋ ਚਾਹੀਦੀ ਚੀਜ਼ ਹੈ ਉਹ ਅਸੀਂ ਨਹੀਂ ਪੈਦਾ ਕਰਦੇ। ਪੜ੍ਹੇ ਲਿਖੇ ਯੰਗ ਮੁੰਡੇ ਜਿਹੜੇ ਨਹੀਂ ਆਉਂਦੇ, ਤਾਂ ਇੱਕ ਜਿਹੜਾ ਇੰਸਟਰੂਮੈਂਟ ਆਫ ਰਿਪਰੈਸ਼ਨ ਲੋਕਾਂ ਦੇ ਟੈਰਰ ਕ੍ਰੀਏਟ ਕਰਨ ਦਾ। ਅੱਜ ਵੀ ਵੇਖੋ ਪੰਜਾਬ ਵਰਗੇ ਜਿਹੜੇ ਸੂਬਾ ਹੈ, ਜੇ ਤੁਸੀਂ ਥਾਣੇ ਦੇ ਵਿੱਚ ਇੱਕ ਜਾਣਾ ਨਾ, ਇੱਕ ਜਿਹੜਾ ਭਾਵੇਂ ਵੱਡੇ ਤੋਂ ਵੱਡਾ ਅਫਸਰ ਵੀ ਹੈ, ਉਹ ਇੱਕ ਜਿਹੜਾ ਸਿਪਾਹੀ ਹੈ ਉਹਦੇ ਤੋਂ ਡਰ ਕੇ ਕਹੂਗਾ ਮੈਨੂੰ ਜਿਹੜਾ ਵਾ ਉਹ ਨਾ ਹੀ ਜਾਣਾ ਪਵੇ। ਹਾਂ, ਕੋਰਟ ਸਿਸਟਮ ਸਾਡਾ ਜਿਹੜਾ ਕੋਸ਼ਿਸ਼ ਹੋ ਰਹੀ ਹੈ, ਡਿਵੈਲਪ ਹੋ ਰਿਹਾ, ਔਰ ਉਹਦੇ ਵਿੱਚ ਜਿਹੜੀ ਹੈ ਇਹ ਗੱਲ ਦੀ ਹੋ ਰਹੀ ਹੈ ਕਿ ਜਿਹੜਾ ਗਲਤ ਕਰਦਾ ਇਨਵੈਸਟੀਗੇਸ਼ਨ
जेडे गलत तरीके ना लोकां नूं फसाउंदे ने उन्हां ना किते जवाबदेही जिहड़ी है ओह होवे ठीक है जवाबदाही फिक्स होनी चाहिए। एक छोटा ब्रेक लवेंगे जवाबदाही फिक्स होनी चाहिए है। किसान जथेबंदियां जो हूँ भाषण देंदियां जो हूँ संबोधन करतियां जो 26 जनवरी तो बाद ही जेटली उन्होंने बैठक की संबोधन किए जिहड़े गदार शब्द उन्होंने उत्थे बोले सीगे कि वह गदार शब्द भाषण विचों हूँ आउट होने लग पे है कि एके वाला जिहड़ा ताना बाणा दोबारा लिखिया जा रहा है। यह सवाल बड़ा महत्वपूर्ण है यूथ तो बाकी जिहड़ा वर्ग हैगा उन्होंने वाक करन की कोशिश है जिहड़ी वह सफल नहीं हो रही कि कामरेड तो सिखा वाला जो संघर्ष बनाया जा रहा सीगा वो कोशिश सफल नहीं हो रही कि खालिस्तान का मुद्दा चाइना पाकिस्तान स्पोंसर वाला मुद्दा जोड़ा वो हुण सफल नहीं हो रहा का ये सारे सवाल होने लाजमी है। जबर विचाले किसान संघर्ष कितने खड़ा वापस आके आखिरी हिस्से में होवांगे। असं वड्डा सवाल इको पूछ रहे हैं कि जबर करके किसान संघर्ष ली तो लॉन्च सियासत कामयाब तो नहीं हो गया। डॉक्टर गर्ग मैं टिप्पणी थोड़े तो लैनी सी क्योंकि तुम अक्सर किसान महापंचायतों में भी पार्टीसपेट करते हो पर प्रोफेसर अविनाश तो पहला मैं समझने की कोशिश करूँगा क्योंकि दिल्ली उत्थे बैठे है जिथे सारे अंदोलन चलते पे है। प्रोफेसर अविनाश जो 26 जनवरी वाली सारा घटनाक्रम हों उस तो बाद एक गदार शब्द बहुत प्रचारया गया गदार शब्द हुण आउट होने लग पे संबोधन के जोड़ा यूथ तो बाकी वर्ग के पाड़ा पाने की कोशिश की उसू हूँ संभालने की कोशिश की जा रही। प्रोफेसर अविनाश उत्थे जो संबोधन तुम सुनते हो तो लगता है कि किसान जथेबंदियां भी इस फिक्र विच ने हुण कि गदार शब्द नूं आउट किया जाए। बिल्कुल मैं तुहाडे नाल सहमत हाँ लेकिन इहदे नाल नाल एक एजेंडा होर है जी। जनाब जिहड़े बंदे तुहाडे लई काम कर रहे या एजेंसीज लई काम कर रहे हैं उन्हां नूं दुबारा विच अंदर वड़न दिओ और एक मैसेज बार बार दिओ कि जनाब असीं इकट्ठे होके लड़ना है इकट्ठे होके लड़ना है। वो कट्ठे होके लड़न दे विच मैं तुहानू थोड़ा जा एग्जाम्पल पुराना दे दिना। देखो 86-87 दे विच पंजाब दे विच बहुत ब्लडी पीरियड सी फॉलोइंग ब्लू स्टार ऑपरेशन वुडरो चलाया जा रहा सी। उस वेले की होया पहले दल खालसा आया फिर एक 5 मैंबरी कमेटी आई ते उस वेले जिहड़ी दहशत क्रिएट की गई सी वह दहशत अज भी दोबारा क्रिएट की जा रही है। मैं हूँ सिर्फ पंजाब की गल नहीं कर रहा। अविनाश सिंह जी अविनाश सिंह थोड़ा ऐड ऑन करना सर थोड़ा ऐड ऑन करना जे तुम दुरुस्त लगे जे तुम दुरुस्त लगे तो सर ये चीज सामभ लियो नहीं तो इन आउट कर दियो। जड़ी तुसी बठिंडा महराज रैली का जिक्र कर रहे हो उत्थे दल खालसा के नुमाइंदे बैठे सीगे तुसी 5 मैंबरी की गल की है तो अमृतसर तो 5 मैंबरी एक जत्था श्रोमणी अकाली दल अमृतसर का वो गिरफ्तारियां देने लिए उत्थे रवाना हुंदा जिहड़ा कॉन्टैक्ट तुसी दसदे पे हो 80 दे दहाके वाला कि वह कॉन्टैक्ट इहदे नाल जोड़िया जावे जां ना। उत्तराखंड दसना चाहना बी दहशत उथे भी हुई क्योंकि बार बार उस मुंडे की पिक्चर दिखा के नवरीत की और बहुत क्लीयरली हर बंदा थानू इन प्राइवेट कहता कि देखो जनाब उन गोली लगी है और उहदी रिपोर्ट कुछ होर कहती है हुण तुहानूं लोकी उत्थे पिक्चर्स भी लगाण लग गए। इन्हां सारयां दे नाल नाल जिहड़ा है अज दे डेट दे विच जे गाजीपुर बैठे हैं तो प्रोग्राम उन्होंने उलीक लिया कि जनाब असी मई तक तैयार हाँ जून तक तैयार हाँ। इहदे च एक लाइन होर कहण दिओ कि जदों टिकैत साहब कहिंदे ना कि जनाब तुहानूं असी अगली अपने दशहरे तक दा टाइम देता या इस तक दा टाइम देता दैट मीनस तुसी लोकां नूं किते थोड़ा बहुत होर लिजा रहे हो असी अपने मुद्दे तो भटकीए ना। तुहाडी गल दे विच बहुत सीधा कि एजेंडा किते होर है उहनूं तुसी बहुत सारियां चीज़ां नाल कट्ठा कुट्ठा करके एजेंसीज विच ऑपरेट करन लग गईआं ने। ठीक है प्रोफेसर अविनाश डॉक्टर गर्ग मैं गदार शब्द वाला सर सवाल किया प्रोफेसर अविनाश नूं उही सेम सवाल तुहानूं कर रहा सर। मैं तो पहले दिन ही कहा सी कि शब्द वरतना नहीं चाहिए सी गदार कहना होर गल है कौन गदार है कौन नहीं गल ये सी कि सरकार दा सरकार दी एजेंसियां दा इंटरस्ट सी उन्होंने 12 तरीक नूं सुप्रीम कोर्ट दे विच पा चुके सी पटीशन 13 तरीक नूं कि जी इत्थे तां 2020 वाले आए हुए ने सुप्रीम कोर्ट ने कहा सी वी सबूत दिओ कोई वह सबूत उन्होंने क्रिएट करने से सो जिहड़ा चाहे जिहड़े मर्जी सीगे गए तो इत्थे अंदोलन की सीगे ना जां तां उन्होंने पहला आइसोलेट कर दे जे पहला आइसोलेट नहीं हुए सी इन्हां नाल मतभेद भी सी एजेंसियां की कर दियां सी। मैं उस दिन भी तुहाडे इस उत्ते कहा सी शाम दे 7 बजे तुसीं मैनूं सवाल पुछा सी
ਕਿ ਜਿਹਨੇ ਝੰਡਾ ਚੜਾਇਆ ਉਹ ਤੇ ਸੈਡੀਸ਼ਨ ਦਾ ਕੇਸ ਹੋਵੇ। ਮੇਰਾ ਜਵਾਬ ਸੀ ਵੀ ਉਹਤੇ ਤਾਂ ਪਤਾ ਨਹੀਂ ਹੋਵੇ ਜਾਂ ਨਾ ਹੋਵੇ, ਪਰ ਜਿਨ੍ਹਾਂ ਨੇ ਲਾਲ ਕਿਲੇ ਦੀ ਰਾਖੀ ਕਰਨੀ ਸੀ 26 ਜਨਵਰੀ ਨੂੰ, ਗ੍ਰਹਿ ਮੰਤਰੀ, ਗ੍ਰਹਿ ਸਕੱਤਰ ਤੇ DCP, ਉਹਨਾਂ ਦੇ ਉੱਤੇ ਬਾਈ ਉਮੇਸ਼ਨ ਔਰ ਬਾਈ ਕਮਿਸ਼ਨ ਲਾਲ ਕਿਲੇ ਦੀ ਬੇਹੁਰਮਤੀ ਕਰਾਉਣ ਦਾ, ਜੇ ਉਹਨੂੰ ਮੰਨਦੇ ਨੇ ਬੇਹੁਰਮਤੀ ਤਾਂ ਫਿਰ ਉਹਨਾਂ ਦੇ ਉੱਤੇ ਕੇਸ ਜ਼ਰੂਰ ਹੋਣਾ ਚਾਹੀਦਾ। ਸੋ ਮੈਂ ਅੱਜ ਵੀ ਇਸ ਕਰਦਾ, ਮੈਂ ਸਾਰੀ ਉਮਰ ਟ੍ਰੇਡ ਯੂਨੀਅਨ ਲੀਡਰ ਰਿਹਾ, ਤੁਹਾਡੇ ਨਾਲ ਬੰਦੇ ਹੁੰਦੇ ਨੇ ਉਹਨਾਂ ਦੇ ਉੱਤੇ, ਏਜੰਸੀਆਂ ਉਹਨਾਂ 'ਚ ਕੰਮ ਕਰਦੀਆਂ ਨੇ, ਪ੍ਰੋਫੈਸਰ ਸਾਹਿਬ ਨੇ ਠੀਕ ਕਿਹਾ, ਏਜੰਸੀਆਂ ਜ਼ਿਆਦਾ ਪਏ, ਔਰ ਹੁਣ ਦੂਜੇ ਪਾਸੇ ਡਰ ਹੋ ਰਹੇ ਨੇ। ਪਹਿਲਾਂ ਇੱਕ ਪਾਸੇ ਡਰ ਹੋ ਕੇ ਕਹਿਤਾ ਵੀ ਗਦਾਰ ਨੇ, ਹੁਣ ਦੂਜੇ ਪਾਸੇ ਡਰ ਹੋ ਰਹੇ ਵੀ ਜਿੰਨਾ ਮਰਜ਼ੀ ਆਈ ਜਾਵੇ। ਡਿਫਰੈਂਸ਼ੀਏਟ ਕਰਕੇ ਚੱਲੋ ਵੀ ਬਿਲਕੁਲ ਜਿਹੜੇ ਬੰਦੇ ਇਸ ਨੂੰ ਸ਼ਾਂਤਮਈ ਅੰਦੋਲਨ ਤੋਂ ਵੱਖਰੇ ਰਸਤੇ 'ਤੇ ਲਿਜਾਣਾ ਚਾਹਣਗੇ, ਉਹ ਅੰਦੋਲਨ ਦੇ ਵਿਰੋਧੀ ਨੇ, ਉਹ ਭਾਵੇਂ ਗਦਾਰ ਕਹਿਣ ਦੀ ਲੋੜ ਹੀ ਨਹੀਂ, ਵੀ ਅੰਦੋਲਨ ਨੂੰ ਨੁਕਸਾਨ ਕਰ ਰਹੇ ਨੇ। ਇਹੀ ਨੁਕਸਾਨ ਸਰਕਾਰ ਕਰਨਾ ਚਾਹੁੰਦੀ ਹੈ, ਇਹ ਤੁਸੀਂ ਆਪੇ ਫੈਸਲਾ ਕਰ ਲਓ ਵੀ ਉਹ ਕੀ ਕਰ ਰਹੇ ਨੇ। ਫਿਰ ਕੰਨੇ ਹੋਣ ਦੀ ਜ਼ਰੂਰਤ ਹੈ ਜੀ, ਬਸ ਇਸ ਕਰਕੇ ਡਿਫਰੈਂਸ਼ੀਏਟ ਕਰਨਾ ਜ਼ਰੂਰੀ ਹੈ। ਪਹਿਲਾਂ ਇੱਕ ਪਾਸੇ ਉਡਾਰ ਹੋਏ ਸੀ, ਹੁਣ ਦੂਜੇ ਪਾਸੇ ਉਡਾਰ ਹੋ ਰਹੇ ਨੇ। ਮੈਂ ਇਹ ਜਥੇਬੰਦੀਆਂ ਨੂੰ ਵੀ ਕਹਾਂਗਾ ਇਹ ਤੋਂ ਥੋੜ੍ਹਾ ਚੇਤਨ ਰਹੇ। ਬੜਾ ਮਹੱਤਵਪੂਰਨ ਪੁਆਇੰਟ ਚੁੱਕਿਆ ਡਾਕਟਰ ਗਰਗ ਤੁਸੀਂ। ਬਾਠ ਸਾਹਿਬ, ਸਰ ਚਾਰ ਥੰਮ ਹੈ ਲੋਕਤੰਤਰ ਦੇ, ਬਹੁਤ ਵੱਡੀ ਡੈਮੋਕਰੇਸੀ ਹੈ ਸਾਡੀ। ਬਾਠ ਸਾਹਿਬ ਤੁਸੀਂ ਅਕਸਰ ਜ਼ਿਕਰ ਕਰਦੇ ਹੋ, ਸੰਵਿਧਾਨ ਦਾ ਤੁਸੀਂ ਜ਼ਿਕਰ ਕਰਦੇ ਹੋ। ਬਾਠ ਸਾਹਿਬ ਤੁਸੀਂ ਹਾਈ ਕੋਰਟ ਦੇ ਵਿੱਚ ਜਾਂਦੇ ਹੋ, ਉੱਥੇ ਕੇਸ ਲੜਦੇ ਹੋ, ਬੜੇ ਲੋਕਾਂ ਨੂੰ ਮਿਲਦੇ ਹੋ, ਸੁਣਦੇ ਹੋ ਉਹਨਾਂ ਨੂੰ। ਸਰ ਇਹ ਚਾਰ ਥੰਮ ਦੇ ਵਿੱਚ ਇਸ ਵਕਤ ਕਿਹੜਾ ਥੰਮ ਆ ਜਿਨ 'ਤੇ ਨਜ਼ਰ ਰੱਖੀ ਜਾਵੇ, ਜਿਨ ਤੋਂ ਸਵਾਲ ਕੀਤਾ ਜਾਵੇ, ਜਿਨ ਤੋਂ ਪੁੱਛਿਆ ਜਾਵੇ ਭਾਈ ਤੇਰੇ ਕੋਲ ਕੋਈ ਜਵਾਬ ਹੈਗਾ ਕਿਸਾਨਾਂ ਦਾ, ਇਹ ਖੇਤੀ ਕਾਨੂੰਨਾਂ ਦਾ, ਜਾਂ ਸਰ ਇਹ ਚਾਰ ਥੰਮ ਦੇ ਵਿਚਾਲੇ ਤੁਹਾਨੂੰ ਅਜੇ ਕੋਈ ਸ਼ੱਕ ਹੈ ਵੀ ਇਹਨਾਂ ਤੋਂ ਸਵਾਲ ਅਸੀਂ ਨਾ ਹੀ ਕਰੀਏ? ਬਾਠ ਸਾਹਿਬ ਇਹ ਬਹੁਤ ਤਿੱਖਾ ਸਵਾਲ ਆ ਸਰ ਇਹ। ਨਹੀਂ, ਨੋ ਨੋ ਇਸ਼ੂ ਕੇਪੀ ਸਿੰਘ ਜੀ, ਤੁਸੀਂ ਜਿਹੜਾ ਬਹੁਤ ਹੀ ਠੀਕ ਸਵਾਲ ਕਰਦੇ ਹੋ, ਚਾਹੇ ਤਿੱਖੇ ਵਿੱਚ ਹੋਣ, ਕਿਉਂਕਿ ਉਹ ਜ਼ਰੂਰੀ ਤੁਹਾਡਾ ਰਾਈਟ ਹੈ ਅਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਸਨੂੰ ਕਿਸ ਤਰੀਕੇ ਨਾਲ ਜਿਹੜਾ ਵਾ ਉਹ ਗੱਲ ਕਰ ਸਕਦੇ ਹਾਂ। ਜਿਹੜਾ ਕੇਪੀ ਸਿੰਘ ਜੀ ਇਹ ਅੰਦੋਲਨ ਹੈ, ਇਹ ਇੱਕ ਅਨੋਖੀ ਤਰ੍ਹਾਂ ਦਾ, ਇਹਨੂੰ ਅਸੀਂ ਕਿਸੇ ਦੂਸਰੇ ਅੰਦੋਲਨ ਨਾਲ ਨਹੀਂ ਜੋੜ ਸਕਦੇ। ਇਹ ਇੱਕ ਯੂਨੀਕ, ਇੱਕ ਅਨੋਖਾ, ਇੱਕ ਵਿਲੱਖਣ ਕਿਸਮ ਦਾ ਜਿਹੜਾ ਅੰਦੋਲਨ ਹੈ, ਜਿਹੜਾ ਕਿਸੇ ਵੀ ਕਹਿ ਦਈਏ ਕਿ ਚਾਹੇ ਕੋਈ ਲਾਲ ਝੰਡੇ ਵਾਲਾ ਹੋਵੇ, ਚਾਹੇ ਹਰੇ ਵਾਲਾ, ਚਾਹੇ ਸਫੈਦ ਵਾਲਾ, ਚਾਹੇ ਨੀਲੇ ਵਾਲਾ, ਪੀਲੇ ਵਾਲਾ, ਇਹ ਸਾਰੇ ਝੰਡੇ ਜਿਹੜੇ ਹੈ ਉੱਥੇ ਜਾ ਕੇ ਇਸ ਅੰਦੋਲਨ ਦੇ ਵਿੱਚ ਰਲ ਕੇ ਇੱਕ ਸਿੰਬਲ ਬਣ ਗਏ ਆ, ਯੂਨਿਟੀ ਦਾ, ਸਟਰਗਲ ਦਾ ਤੇ ਪ੍ਰੋਟੈਸਟ ਦਾ। ਇਹੋ ਜਿਹਾ ਕਿਤੇ ਨਹੀਂ ਹੋਇਆ, ਚਾਹੇ ਉਹ ਪੰਜਾਬ ਵਾਲੇ ਹੋਣ, ਚਾਹੇ ਉਹ ਹਰਿਆਣੇ ਦੇ ਜਿਹੜੇ ਜਾਟ ਇੰਟੀਰੀਅਰ ਤੋਂ, ਜਿਹੜੇ ਸ਼ਾਇਦ ਕਿੰਨੇ ਹੀ ਸਾਲਾਂ ਬਾਅਦ, ਕਿਤੇ ਦਹਾਕਿਆਂ ਦੇ ਬਾਅਦ ਘਰਾਂ ਚੋਂ ਨਿਕਲ ਕੇ ਕਿਸੇ ਅੰਦੋਲਨ ਦੇ ਵਿੱਚ ਗਏ ਹੋਣ, ਉਹ ਆਏ ਹੋਣ ਰਾਜਸਥਾਨ ਦੇ ਵਿੱਚੋਂ, ਜਿਹੜੇ ਇੰਟੀਰੀਅਰ ਦੇ ਵਿੱਚੋਂ ਲੋਕ ਹੈ ਉਹ ਆਏ ਹੋਣ, ਸਾਊਥ ਦੇ ਵਿੱਚੋਂ, ਹਰ ਕੋਨੇ ਦੇ ਵਿੱਚ, ਜਿਹੜਾ ਇੱਕ ਵੱਖਰੀ ਤਰ੍ਹਾਂ ਦਾ ਵਾ। ਹਾਂ, ਐਡੇ ਵੱਡੇ ਅੰਦੋਲਨ ਦੇ ਵਿੱਚ ਮਾਨਤਾ ਜਿਹੜਾ ਵਾ, ਉਹ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ, ਜਿਹੜੀ ਲੀਡਰਸ਼ਿਪ। ਚਾਰ ਥੰਮ ਸਰ, ਤੁਹਾਡਾ ਜਿਹੜਾ ਸਵਾਲ, ਇਹ ਜਿਹੜਾ ਸਵਾਲ ਹੈ ਕਿ ਕਿਹਨੂੰ ਕੀਤਾ ਜਾਵੇ, ਚਾਰ ਸਤੰਭਾਂ ਦੇ ਵਿੱਚੋਂ ਕਿਸ ਨੂੰ ਕੀਤਾ ਜਾਵੇ, ਸਭ ਤੋਂ ਵੱਡਾ ਜਿਹੜਾ ਸਵਾਲ ਹੈ ਇਹ ਬਣਦਾ ਵਾ ਸਾਡੀ ਸਰਕਾਰ ਦੇ ਉੱਤੇ। ਜਦੋਂ ਤੁਸੀਂ ਜਿਹੜਾ ਵਾ ਸ਼ੁਰੂ ਦੇ ਵਿੱਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਤੇ ਤੁਸੀਂ ਖੇਤੀਬਾੜੀ ਮੰਤਰੀ ਤੋਮਰ, ਜਿਹੜਾ ਕਿ ਅੱਜ ਕੱਲ੍ਹ ਲੋਕਾਂ ਨੂੰ ਪਤਾ ਲੱਗ ਗਿਆ, ਜੇ ਤੁਸੀਂ ਪਿਛਲੀ ਸਰਕਾਰ ਵੇਲੇ ਪੁੱਛੋ ਨਾ ਕਿ ਖੇਤੀਬਾੜੀ ਮੰਤਰੀ ਕੌਣ ਸੀ, ਪੂਰੇ ਹਿੰਦੁਸਤਾਨ ਦੇ ਵਿੱਚੋਂ ਪਤਾ ਨਹੀਂ 100 ਬੰਦਾ ਵੀ ਤੁਹਾਨੂੰ ਦੱਸ ਨਾ ਸਕੇ ਕੌਣ ਹੈ। ਇਹ ਖੇਤੀਬਾੜੀ ਦੇ ਅੰਦੋਲਨ ਨੂੰ ਜਿਹੜਾ ਸਿਹਰਾ ਜਾਂਦਾ ਕਿ ਤੋਮਰ ਜਿਹੜਾ ਵਾ, ਪਤਾ ਲੱਗ ਗਿਆ ਕਿ ਜਿਹੜਾ ਇਹ ਖੇਤੀਬਾੜੀ ਮੰਤਰੀ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਹੈਗਾ, ਨਹੀਂ ਤਾਂ ਲੋਕੀ ਦੋ ਹੀ ਜਾਣਦੇ ਆ, ਜਿਵੇਂ ਰਾਹੁਲ ਗਾਂਧੀ ਨੇ ਕਿਹਾ ਸੀ ਅਸੀਂ ਦੋ ਤੇ ਸਾਡੇ ਦੋ। ਤੋਮਰ ਸਾਹਿਬ ਨੂੰ ਇਹ ਪਤਾ ਲੱਗ ਗਿਆ ਭੀੜ ਕੀ ਹੁੰਦੀ ਆ। ਜਿਹੜੀ ਗੱਲ ਤੁਸੀਂ ਕਹਿ ਰਹੇ, ਜਿਹੜਾ ਤੁਹਾਡਾ ਸਵਾਲ ਸੀ ਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਮੋਦੀ ਸਰਕਾਰ ਦੀ ਅਗਵਾਈ ਦੇ ਵਿੱਚ ਇਸ ਨੂੰ ਦੁੱਗਣਾ, ਕਿਸਾਨ ਦੀ ਆਮਦਨ ਨੂੰ ਦੁੱਗਣਾ ਕਰਦੇ ਹਾਂ, ਕਹਿ ਰਹੇ ਨੇ। ਵੈਰੀ ਵੈਲ, ਹੋ ਸਕਦਾ ਕਿਸਾਨਾਂ ਨੂੰ ਪਤਾ ਨਾ ਹੋਵੇ, ਅਸੀਂ ਵੀ ਕਿਸਾਨ ਜੰਮੇ ਆ, ਸ਼ੁਰੂ ਤੋਂ ਜੰਮਦੇ ਆ, ਜਿਹੜਾ ਵਾ ਖੇਤਾਂ ਦੇ ਵਿੱਚ ਕੰਮ ਕਰਨਾ, ਸਾਰਾ ਕੁਝ ਕਰਨਾ, ਇਹ ਸਮਝਾ ਤਾਂ ਦੇਣ ਵੀ ਦੁੱਗਣਾ ਜਿਹੜੀ ਜਾਦੂ ਦੀ ਛੜੀ ਹੈ ਉਹ ਕਿਹੜੀ ਹੈ, ਇਹ ਤਾਂ ਕਿਤੇ ਦੱਸ ਦੇਣ, ਚਾਹੇ ਪਾਰਲੀਮੈਂਟ ਦੇ ਵਿੱਚ ਦੱਸ ਦੇਣ, ਚਾਹੇ ਲੋਕਾਂ ਨੂੰ ਮੀਟਿੰਗਾਂ ਕਰਕੇ ਦੱਸ ਦੇਣ, ਚਾਹੇ ਹੋਰ ਕਿਤੇ ਦੱਸ ਦੇਣ। ਸਭ ਤੋਂ ਸਵਾਲ ਜਿਹੜਾ ਵਾ ਇਹ ਕਲੀਅਰ ਸਰਕਾਰ ਦੇ ਉੱਤੇ ਹੈ, ਔਰ ਬਾਕੀ ਜਿਹੜੇ ਉਹਦੇ ਜਿਹੜੇ ਥੰਬ ਹੈ ਉਹ ਵੀ ਇਹਦੇ ਨਾਲ ਜੁੜੇ ਆ। ਜੇ ਸਰਕਾਰ ਨਹੀਂ ਕਰਦੀ ਤਾਂ ਨਿਆਂਪਾਲਿਕਾ ਦਾ ਵੀ ਫਰਜ਼ ਹੈ ਕਿ ਇਹ ਇੱਕ ਇਸ਼ੂ ਸਾਡੇ ਹਿੰਦੁਸਤਾਨ ਦੇ ਵਿੱਚ ਬੜੀ ਵੱਡੀ ਪੱਧਰ ਦੇ ਉੱਤੇ ਵਾਪਰਿਆ, ਲੋਕਾਂ 'ਚ ਅਰਜੈਂਟ। ਬਾਠ ਸਾਹਿਬ ਇੱਕ ਆਖਰੀ ਸਵਾਲ ਲੈ ਲਓ। ਬਾਠ ਸਾਹਿਬ ਇੱਕ ਆਖਰੀ ਸਵਾਲ ਲੈ ਲਓ। ਉਹਨੂੰ ਸਿਊ ਮੋਟੋ ਲੈ ਲੈਣ, ਉਹਨੂੰ ਲੈ ਕੇ ਜਿਹੜਾ ਵਾ ਬੁਲਾ ਕੇ ਇਹ ਕਰਨ, ਵੀ ਲੋਕ ਨਹੀਂ ਚਾਹੁੰਦੇ।
ਚਲੋ ਤੁਸੀਂ ਤੁਸੀਂ ਚਾਰੇ ਥੰਮਾਂ ਵਿੱਚੋਂ ਇੱਕ ਇੱਕ ਥਾਂ ਇੱਕ ਥੰਮ ਦੇ ਉੱਤੇ ਸਵਾਲ ਖੜਾ ਕਰਤਾ ਕਿ ਸਿਊ ਮੋਟਰ ਲੈ ਲੈਣ। ਬਾਠ ਸਾਹਿਬ, ਮੇਰਾ ਸਵਾਲ ਇਸ ਕਰਕੇ ਸੀਗਾ ਸਰ, ਬਾਠ ਸਾਹਿਬ ਜਿਹੜੀ ਜੱਜ ਸਾਹਿਬ ਨੇ ਇੱਕ ਟਿੱਪਣੀ ਕੀਤੀ ਹੈ ਦਿਸ਼ਾ ਵਾਲੇ ਮਾਮਲੇ ਵਿੱਚ, ਟੂਲ ਕਿੱਟ ਵਾਲੇ ਮਾਮਲੇ ਵਿੱਚ ਲੋਕ ਵੀ ਹੁਣ ਇਹ ਸੋਚੀ ਪਏ ਹੋਏ ਆ ਕਿ ਅਸੀਂ ਇਹਨਾਂ ਤੇ ਸ਼ਾਬਾਸ਼ੀ ਮੁਬਾਰਕਬਾਦ ਵਾਲੇ ਸੁਨੇਹੇ ਭੇਜੀਏ ਕਿ ਨਾ ਭੇਜੀਏ, ਪਤਾ ਨਹੀਂ ਇਸ ਤੋਂ ਬਾਅਦ ਹੋਰ ਕਿਹੜਾ ਫੈਸਲਾ ਆ ਜਾਣਾ। ਬਾਠ ਸਾਹਿਬ, ਮੈਂ ਤਾਂ ਸਵਾਲ ਕੀਤਾ ਸੀਗਾ ਜਿਹੜਾ ਪ੍ਰਸ਼ਨ ਵਿਨਾਸ਼ ਕਰ ਰਹੇ ਨੇ, ਕਨਫਿਊਜ਼ਨ ਵਾਲਾ ਸਵਾਲ, ਲੋਕ ਇਸ ਕਰਕੇ ਵੀ ਕਨਫਿਊਜ਼ ਆ। ਅਸੀਂ ਕੋਈ ਵੀ ਜਿਹੜਾ ਨਾ ਇੱਕ ਡਿਸੀਜਨ ਜਿਹੜਾ ਵਾ ਅਸੀਂ ਉਸ ਨੂੰ ਜਿਹੜਾ ਜਨਰਲਾਈਜ਼ ਨਹੀਂ ਕਰ ਸਕਦੇ। ਹਰ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਹੈ ਉਹਦੀ ਆਪਣੀ ਤਰ੍ਹਾਂ ਦੀ, ਜੇ ਇੱਕ VS ਕ੍ਰਿਸ਼ਨ ਆਈਏ ਰਹੇ ਨੇ ਸੁਪਰੀਮ ਕੋਰਟ ਦੇ ਜੱਜ, HR ਖੰਨਾ ਰਹੇ ਨੇ, ਤਾਂ ਉਹ ਆਪਣੀ ਕਿਸਮ ਦੇ ਇੰਡੀਵਿਜੂਅਲ ਹੀ ਉਹਨਾਂ ਨੇ ਉਹਨਾਂ ਦੇ ਵਿੱਚ ਕਮਿਟਮੈਂਟ ਤੇ ਲੈ ਤੋਂ ਐਮਰਜੈਂਸੀ ਦੇ ਵਿੱਚ ਸਾਰੇ ਡਰ ਗਏ ਸੀ, ਸਾਰੇ ਜਿਹੜੇ ਆ ਉਹ ਬਹੁਤ ਭੈ ਪੀਤ ਸੀ, ਤਾਂ HR ਖੰਨਾ ਉਹ ਤੁਸੀਂ ਜਿਹੜਾ ਡਾਈਸੈਂਡ ਜਿਹੜੇ ਆ ਜਿਹਨੂੰ ਠੀਕ ਹੈ ਸਰ ਐਮਰਜੈਂਸੀ ਭੁਗਤਣਾ ਪਿਆ। ਇਸ ਕਰਕੇ ਇਹ ਜਿਹੜਾ ਡਿਸੀਜਨ ਹੈ ਇਹ ਵੈਲਕਮ, ਸਾਨੂੰ ਵੈਲਕਮ ਕਰਨਾ ਚਾਹੀਦਾ ਕਿ ਜਿਹੜਾ ਸੰਵਿਧਾਨ ਹੈ ਜਿਹੜਾ ਸਾਡਾ ਕਾਨੂੰਨ ਹੈ ਉਹਦੇ ਮੁਤਾਬਕ ਇਹਨਾਂ ਨੇ ਜਿਹੜਾ ਫੈਸਲਾ ਦਿੱਤਾ, ਤੇ ਬਾਕੀ ਜਿਹੜੀ ਜੁਡੀਸ਼ੀਅਰ ਹੈ ਉਹ ਵੀ ਇਹਦੇ ਤੋਂ ਸਿੱਖੇ ਤੇ ਇਸ ਪਾਸੇ ਵੱਲ ਨੂੰ ਜਾਣ ਕੇ ਸਾਡਾ ਜਿਹੜਾ ਵੈਲਫੇਅਰ ਸਟੇਟ ਜਿਹੜੀ ਸਾਡੀ ਲੋਕਾਂ ਨੂੰ ਦਬਾਉਣ ਦੇ ਲਈ, ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਹੈ, ਲੋਕਾਂ ਦਾ ਡਾਈਸਰ ਜਿਹੜਾ ਸੰਵਿਧਾਨ ਦੀ ਰਾਖੀ ਕਰਨ ਲਈ ਹੈ, ਤੇ ਉਹਦੇ ਮੁਤਾਬਕ ਜਿਹੜੇ ਫੈਸਲੇ ਆ। ਚਲੋ, ਬਹੁਤ ਧੰਨਵਾਦ ਬਾਠ ਸਾਹਿਬ ਤੁਹਾਡਾ, ਬਾਠ ਸਾਹਿਬ ਬਹੁਤ ਧੰਨਵਾਦ, ਡਾਕਟਰ ਕਰਕ ਤੁਹਾਡਾ ਬਹੁਤ ਧੰਨਵਾਦ, ਪ੍ਰਸ਼ਨ ਵਿਨਾਸ਼ ਸਿੰਘ ਤੁਹਾਡਾ ਬਹੁਤ ਧੰਨਵਾਦ, ਇਹਨਾਂ ਤਿੰਨਾਂ ਪੈਨਲਿਸਟਾਂ ਨੇ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਤੁਹਾਨੂੰ ਸਮਝਾ ਦਿੱਤਾ ਕਿ ਫੋਕਸ ਆ ਜਿਹੜਾ ਉਸ ਤੋਂ ਪਾਸੇ ਨਾ ਹੋਈਓ। ਜਿਹੜੇ ਸ਼ਬਦ ਇਸ ਡਿਬੇਟ ਵਿੱਚ ਆਏ ਆ, ਕਨਫਿਊਜ਼ਨ, ਪ੍ਰੋਜੈਕਸ਼ਨ, ਪ੍ਰੈਸ਼ਰ, ਅਤੇ ਇਸ ਦੇ ਵਿਚਾਲੇ ਗਦਾਰ ਸ਼ਬਦ ਨੂੰ ਨਾ ਕਰਨੀ ਹੈ ਜੇ ਇਸ ਜਬਰ ਦੇ ਖਿਲਾਫ ਲੜਨਾ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਫੋਕਸ ਕਰਨਾ, ਅਤੇ ਤੁਹਾਨੂੰ ਸੋਚਣਾ ਪਊਗਾ ਕਿਹੜਾ ਲੀਡਰ ਕਿਹੋ ਜਿਹੀਆਂ ਗੱਲਾਂ ਕਰਦਾ ਪਿਆ। ਲੀਡਰ ਸਾਰੇ ਕਿਸਾਨ ਲੀਡਰਾਂ 'ਤੇ ਵੀ ਧਿਆਨ ਦਿਓ ਅਤੇ ਸਿਆਸੀ ਲੀਡਰਾਂ 'ਤੇ ਧਿਆਨ ਦੇਣਾ ਦੇਣਾ, ਅਤੇ ਜਿਹੜੀਆਂ ਜਾਂਚ ਏਜੰਸੀਆਂ ਕੰਮ ਕਰਦੀਆਂ ਪਈਆਂ ਅਤੇ ਅਦਾਲਤੀ ਫੈਸਲੇ ਜਿਹੜੇ ਆ ਰਹੇ ਆ, ਅਤੇ ਇਹਨਾਂ ਅਦਾਲਤੀ ਫੈਸਲਿਆਂ ਦੇ ਵਿਚਾਲੇ ਜਿਹੜੇ ਨੰਬਰ ਬਣਾਉਣ ਵਾਲੇ ਉਹਨਾਂ ਦਾ ਵੀ ਧਿਆਨ ਰੱਖਿਓ। ਜਬਰ ਵਿਚਾਲੇ ਕਿਸਾਨ ਸੰਘਰਸ਼ ਕੀਤੇ ਆ, ਅਸੀਂ ਇਸ ਲਈ ਤੁਹਾਨੂੰ ਕਲੀਅਰ ਕਰ ਦਿੱਤਾ, ਅਤੇ ਇਹਨਾਂ ਪੈਨਲਿਸਟ ਤਿੰਨਾਂ ਪੈਨਲਿਸਟ ਨੇ ਕਿਹਾ ਕਿ ਸਾਵਧਾਨ ਰਹਿਣ ਦੀ ਜ਼ਰੂਰਤ ਹੈਗੀ ਆ, ਚੁਕੰਨੇ ਰਹਿਣ ਦੀ ਜ਼ਰੂਰਤ ਹੈਗੀ ਆ, ਅਤੇ ਚੁਕੰਨੇ ਰਹਿਣ ਦੇ ਨਾਲ ਮੈਂ ਕਹੂੰਗਾ ਚੇਤਨ ਰਹਿਣ ਦੀ ਵੀ ਜ਼ਰੂਰਤ ਹੈਗੀ ਆ। ਬਹੁਤ ਧੰਨਵਾਦ।